ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬਰਮਾ ਬਿਸ਼ਨ ਸਿਰਤ ਅਗਨੰਤ ਤਿਨ ਕੋ ਮੋਹ ਪਿਆ ਮਦ ਮਨ ਕਾ ਚੌਰਾਸੀ ਲੱਖ ਜੋਨ ਉਪਾਈ ਰਿਜਕ ਦੀਆ ਸਭ ਹੋ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਰੱਖੋ ਆਪਣੀ ਸ਼ਰਨ ਪ੍ਰਭ ਮੋਹਿ ਕਿਰਪਾ ਤਾਰੇ ਸੇਵਾ ਕਿਛੂ ਨਾ ਜਾਣੋ ਨੀਚ ਮੂਰਖਾਰੇ ਮਾਨ ਕਰੋ ਤੁਰ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧ ਭੁਲਤੇ ਤੁਮ ਬਖਸ਼ਣ ਹਾਰੇ ਮੈਂ ਨਾਹੀਂ ਕੁਛ ਹਾਂ ਨਹੀਂ ਕਿਛ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਤੁਛ ਪ੍ਰਭ ਬੁੱਧ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਅਮਨਾ ਸਖਤ ਕਰ ਸਿਫਤ ਤੁਮਾਰੀ ਪਾਪ ਲਿਹੋ ਤੁਮ ਕਥਾ ਸੁਧਾਰੀ ਸੁਖ ਹੋ ਟਲ ਗੁਰ ਸਿਵੀਐ ਪਹਿਨ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਕਰਮ
बंद ममता मोह सो बंदना पुत्र कलतर सो तंद कर्म धर्म सब बंधना पाप पुन संबंध ममता मोह सो बंधना पुत्र कलतर सो तंद जह देखा तह देवरी माया का संबंध नानक सच्चे नाम बिन बर्तन वर्त अंध महला चौथा अंधे चानन ता थीऐ जा सतगुर मिलै रजाए बंधन तोड़ै सच वसै अज्ञान अधेरा जाए सब किछ देखै तिसै का जिन किया तन साज नानक शरण करतार की करता राखे लाज पौड़ी जदों आपे थाट किया बह करते तदों पुछना सेवक बिया तदों क्या को लेवे क्या को देवे जा अवरना दूजा किया फिर आपे जगत उपाया करते दान सबना को दिया आपे सेव बनाईयन गुरमुख आपे अमृत पिया आप निरंकार आकार है आपे आपे करे सो थिया आपे सेव बनाईयन गुरमुख आपे अमृत पिया आप निरंकार आकार है आपे आपे करै सो थिया श्लोक महला तीजा कर्म धर्म सब बंधना पाप पुन संबंध वाहिगुरु जी का खालसा वाहिगुरु जी की फतेह सतगुरु गुरु ग्रीव नवाद पतत पावन नाम बानी के बोहित हलत पलत के रखे गुरता गदीस वाय मां चवर शत्र तक दे माल जहरा जहोर हाजरा हजोर सर्व कला पारकूल शब्द गुरु अवतार जुगो जुग अटल तन तन साहिब श्री गुरु ग्रंथ साहिब महाराज जी दी पावन प्यारी निगी गोद अंदर अमृत वेले दे द्वान सजे हुए हन जो गुरु घर दी मर्यादा है अमृत वेले सतगुरु महाराज जी का प्रकाश परंत नितनेम दियां बाणियां सिमरन श्री आसा जी दी वार दे कीर्तन लगभग सारे ही गुरु घरां विच इह गुरु घर दी मर्यादा अनुसार हुंदा है इसे तरह ही गुरु काल तों लै करके लड़ीवार गुरबाणी दी शब्द कथा जिहड़ी है
ਇਹ ਵੀ ਸਾਰੇ ਹੀ ਇਤਿਹਾਸਕ ਸਥਾਨਾਂ ਉੱਪਰ ਅਤੇ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਹੈ, ਵਿਸ਼ੇਸ਼ ਕਰਕੇ ਟਕਸਾਲਾਂ ਵਿੱਚ ਦੋ ਵੇਲੇ ਕਥਾ ਦੀ ਹਾਜ਼ਰੀ ਭਰੀ ਜਾਂਦੀ ਹੈ, ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਅਤੇ ਦਿਨ ਦੇ ਤੀਸਰੇ ਪੈਰ ਇਤਿਹਾਸ ਦੀ ਕਥਾ। ਇਹ ਸਾਡੇ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਹੋਇਆ ਹੈ, ਕਥਾ ਕੀਰਤਨ ਸੁਖਦਾਈ, ਕਿਉਂਕਿ ਮਨੁੱਖ ਨੂੰ ਧਰਮ ਦੇ ਰਸਤੇ ਉੱਪਰ ਤੁਰਨ ਵਾਸਤੇ ਗਿਆਨ ਦੀ ਜ਼ਰੂਰਤ ਹੈ। ਬਿਨਾਂ ਗਿਆਨ ਤੋਂ ਅਸੀਂ ਇਹ ਰਸਤੇ 'ਤੇ ਤੁਰ ਨਹੀਂ ਸਕਦੇ। ਜਿਹੜੇ ਬਿਨਾਂ ਪੂਰੇ ਗੁਰੂ ਤੋਂ ਇਹ ਧਰਮ ਦੇ ਰਸਤੇ 'ਤੇ ਤੁਰਨ ਦਾ ਦਾਅਵਾ ਕਰਦੇ ਹਨ, ਅਤੇ ਉਹਨਾਂ ਵਾਸਤੇ ਵੀ ਗੁਰਬਾਣੀ ਕਹਿ ਰਹੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਇਹ ਦੱਸ ਰਹੇ ਹਨ ਕਿ ਜਿਹੜੇ ਬਿਨਾਂ ਪੂਰੇ ਗੁਰੂ ਤੋਂ ਆਪਣੀ ਮਰਜ਼ੀ ਅਨੁਸਾਰ ਜਾਂ ਕਿਸੇ ਹੋਰ ਜਿਹੜੇ ਅਧੂਰੇ ਗੁਰੂ ਨੇ ਉਹਨਾਂ ਕੋਲੋਂ ਉਹਨਾਂ ਦੇ ਦੱਸੇ ਅਨੁਸਾਰ ਕੋਈ ਕਰਮ ਧਰਮ ਜੋ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹ ਵੀ ਬੰਧਨ ਹਨ, ਕਿਉਂਕਿ ਬੰਧਨ ਸੌਦਾ ਅਣਵਿਚਾਰੀ। ਬਿਨਾਂ ਪੂਰੇ ਗੁਰੂ ਦੀ ਵਿਚਾਰ ਤੋਂ ਜੋ ਵੀ ਜੀਵ ਕਰਦਾ ਹੈ ਉਹ ਬੰਧਨ ਰੂਪ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਪੂਰੇ ਗੁਰੂ ਦੇ ਲੜ ਲਾ ਕੇ ਗਏ ਹਨ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਜੈਸਾ ਕਿ ਪੱਟ ਉਚਾਰਨ ਕਰਦੇ ਨੇ ਕਿ ਜੋਤ ਰੂਪ ਆਰਾਮ ਗੁਰੂ ਨਾਨਕ ਕਹਾਇਓ, ਕਿ ਜੋ ਪਰਮਾਤਮਾ ਵਾਹਿਗੁਰੂ ਪਰਮੇਸ਼ਵਰ ਜੋਤ ਸਰੂਪ ਹੈ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਸਰੂਪ ਦੇ ਵਿੱਚ ਗੁਰੂ ਨਾਨਕ ਰੂਪ ਹੋ ਕਰਕੇ ਸੰਸਾਰ ਵਿੱਚ ਆਏ ਸਨ। ਦਸ ਜਾਮੇ ਧਾਰਨ ਕੀਤੇ, ਦਸਵੇਂ ਜਾਮੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਦੀਵੀ ਗੁਰੂ ਸ਼ਖਸ਼ੀ ਗੁਰੂ ਦੀ ਪਰੰਪਰਾ ਨੂੰ ਉੱਥੇ ਬੰਦ ਕਰਕੇ ਸਦੀਵੀ ਗੁਰੂ ਸ਼ਬਦ ਗੁਰੂ ਦੇ ਲੜ ਲਾਇਆ ਹੈ। ਸੋ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਖਾਲਸੇ ਪੰਥ ਨੂੰ ਕੀਤਾ ਹੈ ਮਹਾਰਾਜ ਨੇ। ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਓਂਕਾਰ ਤੋਂ ਲੈ ਕੇ 18:10-20 ਤੱਕ ਕਿਤੇ ਵੀ ਇਹ ਨਹੀਂ ਹੈ ਵੀ ਸਤਿਗੁਰੂ ਮਹਾਰਾਜ ਜੀ ਨੇ ਕੋਈ ਕਥਾ ਕਹਾਣੀਆਂ ਤੇ ਜਾਂ ਕਿਸੇ ਲੜਾਈਆਂ ਦੇ ਪ੍ਰਸੰਗ ਹਨ ਜਾਂ ਕੋਈ ਮਨ ਪਰਚਾਵੇ ਦੀਆਂ ਗੱਲਾਂ ਹਨ। ਭਾਵੇਂ ਕਈ ਜਿਹੜੇ ਵਿਦਵਾਨ ਨੇ ਉਹ ਆਪਣੀ ਬਦਵਾਨੀ ਘੋਟਦੇ ਰਹਿੰਦੇ ਹੈ ਵੀ ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦੇ ਬਚਨ ਨੇ, ਉਹ ਕਹਿੰਦੇ ਨੇ ਵੀ ਯਥਾਰਥ ਬਚਨ ਹਨ, ਰੌਚਕ ਨੇ ਤੇ ਭਿਆਨਕ ਹਨ। ਇਸ ਤਰ੍ਹਾਂ ਦੀ ਉਹ ਵਿਚਾਰ ਕਰਦੇ ਹੈ, ਨਹੀਂ, ਗੁਰਬਾਣੀ ਸਾਰੀ ਹੀ ਯਥਾਰਥ ਹੈ। ਜੋ ਗੁਰਬਾਣੀ ਵਿੱਚ ਮਹਾਰਾਜ ਸਾਨੂੰ ਚਰਨਾ ਦਿੱਤਾ ਹੈ, ਗਿਆਨ ਦਿੱਤਾ ਹੈ, ਮਹਾਰਾਜ ਕਹਿੰਦੇ ਨੇ ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲਿਆ ਜੋ ਪੇਖਿਆ ਆਖੀ, ਗੁਰਬਾਣੀ ਵਿੱਚ ਜੋ ਵੀ ਆਇਆ ਇਹ ਸੱਚ ਹੈ। ਇਸੇ ਲਈ ਫਿਰ ਮਹਾਰਾਜ ਨੇ ਕਿਹਾ ਵੀ ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜੋ ਗੁਰੂ ਦੇ ਮੁੱਖ ਤੋਂ ਇਹ ਬਾਣੀ ਉਚਾਰਨ ਕੀਤੀ ਹੋਈ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸੋ ਗੁਰਬਾਣੀ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਇੱਕ ਨਿਰੰਕਾਰ ਦੀ ਉਸਤ ਕੀਤੀ ਹੈ, ਇੱਕ ਅਕਾਲ ਪੁਰਖ ਦੇ ਨਾਲ ਸਾਨੂੰ ਜੋੜਿਆ ਮਹਾਰਾਜ ਨੇ। ਵੱਖਰੇ ਵੱਖਰੇ ਵਿਸ਼ੇ ਹਨ, ਕਿਤੇ ਸੰਗਤ ਦਾ ਵਿਸ਼ਾ ਹੈ, ਮਹਾਰਾਜ ਸੰਗਤ ਦੀ ਵਡਿਆਈ ਕਰਦੇ ਨੇ, ਕਿਤੇ ਸੇਵਾ ਦੀ ਗੱਲ ਕਰਦੇ, ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਰਉਪਕਾਰ ਦਾ ਉਪਦੇਸ਼ ਕਰਦੇ ਹਨ ਕਿ ਮਿੱਥਿਆ ਤਨ ਨਹੀਂ ਪਰ ਉਪਕਾਰਾ, ਇਹ ਪ੍ਰੇਰਣਾ ਦੇ ਰਹੇ ਹਨ, ਤੇ ਕਿਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ
ਕਹਿੰਦੇ ਹਨ ਕਿ ਭਾਈ ਨਿਮਰਤਾ ਧਾਰਨ ਕਰੋ, ਗਰੀਬੀ ਗਦਾ ਹਮਾਰੀ। ਸੋ ਕਹਿਣ ਤੋਂ ਭਾਵ ਵੀ ਸਾਰੇ ਵੱਖਰੇ ਵੱਖਰੇ ਵਿਸ਼ਿਆਂ ਦੁਆਰਾ ਜੀਵ ਨੂੰ ਇੱਕ ਨਿਰੰਕਾਰ ਦੇ ਨਾਲ ਜੋੜਨ ਦਾ ਮਹਾਰਾਜ ਉਪਦੇਸ਼ ਕਰ ਰਹੇ ਹਨ। ਸੋ ਇਸ ਲਈ ਸਾਨੂੰ ਬੰਧਨ ਪਏ ਹੋਏ ਹਨ, ਬੰਧਨ ਕਿੰਨੇ ਕੁ ਪਏ ਹੋਏ ਹਨ, ਤੇ ਸਤਿਗੁਰੂ ਮਹਾਰਾਜ ਕਹਿੰਦੇ ਸਰਵਰ ਪੰਖੀ ਹੇਕੜੋ ਫਾਹੀ ਬਾਲ ਪਚਾਸ। ਕਹਿੰਦੇ ਸੰਸਾਰ ਰੂਪੀ ਸਮੁੰਦਰ ਵਿੱਚ ਇਹ ਜੀਵ ਰੂਪੀ ਪੰਛੀ ਨੂੰ ਕਹਿੰਦੇ 50 ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਹਨ। ਇਹ ਤਨ ਲਹਿਰੀ ਕੱਢਤੀ ਆ ਸੱਚੇ ਤੇਰੀ ਆਸ। ਕਹਿੰਦੀ ਸਾਡਾ ਜਿਹੜਾ ਇਹ ਜੀਵ ਆਤਮਾ ਹੈ ਨਾ, ਮਨ ਕਹਿ ਲੋ, ਕਹਿੰਦੀ ਸੰਸਾਰ ਰੂਪੀ ਸਮੁੰਦਰ ਵਿੱਚ ਫਸਿਆ ਬੈਠਾ ਹੈ, ਪਰ ਇੱਕੋ ਹੀ ਆਸ ਹੈ, ਸੱਚੇ ਤੇਰੀ ਆਸ। ਅੱਜ ਦੇ ਜੋ ਸ੍ਰੀ ਮੁੱਖ ਵਾਕ ਵਿੱਚ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ, ਇਹ ਸ਼ਬਦ ਵਿੱਚ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ ਕਿ ਜੀਵ ਨੂੰ ਬੰਧਨ ਕੀ ਪਏ ਹਨ, ਤੇ ਬੰਧਨ ਕਿਹਨੂੰ ਕਹਿੰਦੇ ਹੈ, ਤੇ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ। ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ਼ਬਦ ਉਚਾਰਨ ਕਰਕੇ ਕਿਰਪਾ ਕਰਦੇ ਨੇ। ਸਲੋਕ ਮਹੱਲਾ ਤੀਜਾ, ਮਹਾਰਾਜ ਕਹਿੰਦੇ ਕਰਮ ਧਰਮ ਸਭ ਬੰਧਨ, ਪਾਪ ਪੁੰਨ ਸੰਬੰਧ। ਜਿਹੜਾ ਕਰਮ ਸ਼ਬਦ ਹੈ ਇਹ ਤਿੰਨ ਅੱਖਰ ਮੁਕਤੇ ਨੇ, ਅੱਗੇ ਧਰਮ ਸ਼ਬਦ ਹੈ ਇਹ ਵੀ ਮੁਕਤੇ ਨੇ, ਬਹੁ ਵਚਨ ਹੈ। ਹੁਣ ਜਿਹੜੇ ਸਾਧ ਸੰਗਤ ਜੀ, ਜਿਹੜਾ ਕਰਮ ਸ਼ਬਦ ਹੈ ਇਹਦੇ ਦੋ ਅਰਥ ਹਨ। ਆਮ ਵਿਸ਼ੇਸ਼ ਕਰਕੇ ਕਰਮ ਦਾ ਅਰਥ ਬਖਸ਼ਿਸ਼ ਵੀ ਹੈ, ਤੇ ਕਰਮ ਦਾ ਅਰਥ ਜਿਹੜੇ ਅਸੀਂ ਕੋਈ ਕਿਰਿਆ ਕਰਦੇ ਹਾਂ ਸਰੀਰ ਦੇ ਨਾਲ, ਜਾਂ ਮਾਨਸਿਕ ਤੌਰ ਤੇ, ਜਾਂ ਬੋਲ ਕਰਕੇ, ਇਹਨੂੰ ਕਹਿੰਦੇ ਨੇ ਕਾਇਕ ਵਾਚਕ ਤੇ ਮਾਨਸਿਕ ਕਰਮ। ਕਾਇਕ ਕਹਿੰਦੇ ਨੇ ਸਰੀਰ ਨੂੰ, ਜਿਹੜੇ ਸਰੀਰ ਨਾਲ ਅਸੀਂ ਕਰਮ ਕਰਦੇ ਹਾਂ ਉਹਨੂੰ ਕਾਇਕ ਕਹਿੰਦੇ ਆ, ਵੀ ਕਾਇਆਂ ਦੇ ਨਾਲ ਜੋ ਵੀ ਅਸੀਂ ਕਰਮ ਕਰਦੇ ਹਾਂ। ਇਸੇ ਤਰ੍ਹਾਂ ਹੀ ਵਾਚਕ, ਜੋ ਅਸੀਂ ਬੋਲ ਕੇ, ਬੋਲਣ ਦੇ ਨਾਲ ਵੀ ਕਰਮ ਬਣਦਾ ਹੈ, ਤੇ ਮਾਨਸਿਕ ਇਸੇ ਤਰ੍ਹਾਂ ਜੋ ਅਸੀਂ ਮਨ ਵਿੱਚ ਕੋਈ ਚਿਤਵਨੀ ਕਰਦੇ ਹਾਂ ਚੰਗੀ ਜਾਂ ਬੁਰੀ, ਇਹ ਵੀ ਸਾਡੇ ਕਰਮਾਂ ਵਿੱਚ ਜੁੜ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਜਿਹੜਾ ਕਰਮ ਅਸੀਂ ਕਰਦੇ ਹਾਂ ਨਾ, ਇਹ ਕਰਮਾਂ ਦੀ ਜਿਹੜੀ ਸਾਧ ਸੰਗਤ ਦੀ ਵਿਆਖਿਆ ਹੈ ਬੜੀ ਵਿਸਥਾਰ ਵਾਲੀ ਹੈ। ਜਿਹੜੇ ਕਰਮ ਨੇ, ਇੱਕ ਤਾਂ ਇਹ ਹੋ ਗਏ ਵੀ ਸਰੀਰਕ ਮਾਨਸਿਕ ਵਾਚਕ, ਤੇ ਦੂਸਰਾ ਵੀ ਕਰਮ ਕਿੰਨੇ ਪ੍ਰਕਾਰ ਦਾ ਹੈ। ਇੱਕ ਬਿਹਤ ਕਰਮ ਹੁੰਦਾ, ਇੱਕ ਅਵਿਹਤ ਕਰਮ ਹੁੰਦਾ। ਬਿਹਤ ਕਰਮ ਉਹਨੂੰ ਕਹਿੰਦੇ ਨੇ ਜਿਹਨੂੰ ਕਰਨ ਦੀ ਆਗਿਆ ਹੋਵੇ, ਜਿਹਨੂੰ ਧਰਮ ਸ਼ਾਸਤਰ ਕਹਿੰਦੇ ਵੀ ਇਹ ਕਰਮ ਕਰੋ। ਜਿਵੇਂ ਆਪਾਂ ਕਹਿੰਦੇ ਵੀ ਭਾਈ ਨਿੱਤ ਹੀ ਗੁਰੂ ਘਰ ਜਾਓ, ਸੇਵਾ ਕਰੋ, ਸਿਮਰਨ ਕਰੋ, ਇਹ ਵਿਹਤ ਕਰਮ ਹੋ ਗਿਆ। ਅਵਿਹਤ ਹੁੰਦਾ ਵੀ ਜਿਹਨੂੰ ਕਰਮ ਦੀ ਆਗਿਆ ਨਹੀਂ, ਉਹ ਨਹੀਂ ਕਰਨਾ ਚਾਹੀਦਾ, ਨਿਖਿੱਧ ਕਰਮ ਕਹਿ ਲਓ। ਸੋ ਬਿਹਤ ਅਵਿਹਤ, ਅੱਗੇ ਫਿਰ ਨਿੱਤ ਕਰਮ, ਜਿਵੇਂ ਆਪਾਂ ਨਿਤਨੇਮ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਇਹ ਸਾਡਾ ਨਿੱਤ ਕਰਮ ਹੋ ਗਿਆ। ਨਿਮਿੱਤ ਕਰਮ ਹੋ ਗਿਆ, ਨਿਮਿੱਤ ਕਿਸੇ ਵਾਸਤੇ, ਕਿਸੇ ਕਾਰਜ ਵਾਸਤੇ, ਜਿਵੇਂ ਆਪਣੇ ਘਰਾਂ ਵਿੱਚ ਵਿਆਹ ਸ਼ਾਦੀ ਹੁੰਦੀ ਹੈ ਜਾਂ ਕੋਈ ਹੋਰ ਕਾਰਨ ਹੁੰਦਾ, ਉਹਦੇ ਨਿਮਿੱਤ ਵਾਸਤੇ ਕਰਮ ਕਰਨਾ। ਤੇ ਇਸੇ ਤਰ੍ਹਾਂ ਸਤਸੰਗ ਜੀ, ਫਿਰ ਪਰਾਸ਼ਿਤ ਕਰਮ ਹੁੰਦੇ ਹੈ। ਪਰਾਸ਼ਿਤ ਕਹਿੰਦੇ ਪਛਤਾਵਾ ਕਰਨਾ, ਵੀ ਫਰਜ਼ ਕਰੋ ਕਿਸੇ ਤੋਂ ਕੋਈ ਐਸਾ ਕੋਈ ਗਲਤ ਕਾਰਜ ਹੋ ਗਿਆ, ਉਹਦੇ ਮਨ ਵਿੱਚ ਪਛਤਾਵਾ ਹੈ। ਵੇਦਾਂ ਸ਼ਾਸਤਰਾਂ ਵਿੱਚ ਤਾਂ ਬਹੁਤ ਲਿਖੀਆਂ ਇਹਦੇ ਵਿਧੀਆਂ, ਵੀ ਇੰਨੇ ਜੋ ਕੋਈ ਇਸ ਤਰ੍ਹਾਂ ਤੋਂ ਫਰਜ਼ ਕਰੋ ਵੀ ਕੋਈ ਬੰਦਗੀ ਕਰਨ ਵਾਲਾ ਸੰਸਾਰ ਤੋਂ ਤਿਆਗੀ ਹੈ, ਜਿਹਨੂੰ ਗੁਰਬਾਣੀ ਚ ਮਹਾਰਾਜ ਕਹਿੰਦੇ ਨੇ ਕਬੀਰ ਧਰਮ ਕਰੋ ਤਾਂ ਗ੍ਰਸਤ ਕਰੋ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਉਭਾਗ। ਉਹ ਭਾਵ ਹੈ ਵੀ ਜੇ ਕੋਈ ਸਾਧੂ ਮਹਾਂ ਕੋਈ ਤਿਆਗੀ ਹੋ ਕੇ ਨਾ ਕਿਤੇ ਮਾਇਆ ਇਕੱਠੀ ਕਰਨ ਲੱਗ ਜਾਵੇ,
ਕਹਿੰਦੇ ਉਹਨੂੰ ਪਾਪ ਲੱਗਦਾ, ਫਿਰ ਉਹਦੀ ਨਿਵਰਤੀ ਵਾਸਤੇ ਪ੍ਰਾਸ਼ਤ ਕਰਮ ਕਰਦੇ ਆ ਵੀ ਤੈਂ ਵੀ ਇੰਨੇ ਦਿਨ ਭੋਜਨ ਨਹੀਂ ਛਕਣਾ, ਪਛਤਾਵਾ ਕਰਨੇ, ਉਹ ਕਹਿੰਦੇ ਪ੍ਰਾਸ਼ਤ ਕਰਮ। ਕੋਈ ਜਾਣੇ ਅਣਜਾਣੇ ਗਲਤੀ ਹੋ ਜਾਣੀ, ਜਿਹੜਾ ਪ੍ਰਾਸ਼ਤ ਕਰਮ ਹੈ ਸਾਧ ਸਿੰਘ, ਇਹ ਵੀ ਅੱਗੇ ਦੋ ਪ੍ਰਕਾਰ ਦਾ ਹੈ, ਸਧਾਰਨ ਅਤੇ ਅਸਾਧਾਰਨ। ਸਧਾਰਨ ਪ੍ਰਾਸ਼ਤ ਤਾਂ ਇਹ ਹੋ ਗਿਆ ਵੀ ਸਮੁੱਚੇ ਰੂਪ ਦੇ ਵਿੱਚ ਵੀ ਸ੍ਰੀ ਮੈਂ ਸਹਿਜ ਪਾਠ ਆਰੰਭ ਕਰ ਲਿਆ, ਅਰਦਾਸ ਕਹਿ ਸਤਿਗੁਰੂ ਮਹਾਰਾਜ ਜੀ ਅਸੀਂ ਭੁੱਲਣ ਹਾਰਾਂ, ਜੈਸਾ ਬਾਲਕ ਭਾਈ ਸਵਾਈ ਲੱਖ ਅਪਰਾਧ ਕਮਾਵੇ, ਕਰਪ ਦੇ ਝਟਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੇ ਦੇ ਮਹਾਂਵਾਕ ਅਨੁਸਾਰ ਅਸੀਂ ਉਹ ਜਿਹੜੇ ਸਾਤੋਂ ਜਾਣੇ ਅਣਜਾਣੇ ਕੋਈ ਇਸ ਤਰ੍ਹਾਂ ਦੇ ਕਰਮ ਹੁੰਦੇ ਆ ਵੀ ਇਸੇ ਕਰਕੇ ਜਿਹੜਾ ਗੁਰਸਿੱਖ ਹੈ ਉਹ ਹਰ ਵੇਲੇ ਅਰਦਾਸ ਬੇਨਤੀ ਕਰਦਾ, ਜਿਹੜੇ ਗੁਰਮੁਖ ਪਿਆਰੇ ਨੇ ਉਹ ਸਹਿਜ ਪਾਠ ਵੀ ਆਰੰਭ ਰੱਖਦੇ ਆ। ਗਲਤੀ ਕਰਨੀ ਕੋਈ ਨਹੀਂ, ਪਰ ਜਾਣੇ ਅਣਜਾਣੇ ਹੋ ਜਾਂਦੇ ਨੇ। ਸੋ ਉਹ ਸਮੁੱਚੇ ਜਿਹੜੇ ਇਸ ਤਰ੍ਹਾਂ ਦੇ ਕਰਮ ਸਾਤੋਂ ਹੋ ਜਾਂਦੇ ਆ ਉਹਦੇ ਵਾਸਤੇ ਜਿਹੜਾ ਕਰਮ ਕਰਨਾ ਪਛਤਾਵਾ ਪ੍ਰਾਸ਼ਤ ਉਹਨੂੰ ਕਹਿੰਦੇ ਸਧਾਰਨ। ਦੂਸਰਾ ਹੁੰਦਾ ਅਸਾਧਾਰਨ ਪ੍ਰਾਸ਼ਤ। ਅਸਾਧਾਰਨ ਉਹਨੂੰ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਸਾਤੋਂ ਕਿ ਐਸਾ ਖੋਟਾ ਕਰਮ ਹੋ ਗਿਆ ਵੀ ਕਈਆਂ ਨੂੰ ਐਸੇ ਫਿਰ ਨਾ ਉਹ ਕਰਮਾਂ ਦੇ ਕਰਕੇ ਕੋਈ ਇਸ ਤਰ੍ਹਾਂ ਦੇ ਅਸਾਧ ਰੋਗ ਲੱਗ ਜਾਂਦੇ ਹੈ, ਕੋਈ ਬਿਮਾਰੀ ਖੜਾ ਨਹੀਂ ਛੱਡਦੀ, ਜਾਂ ਕੋਈ ਚੰਗਾ ਭਲਾ ਕਾਰਜ ਹੈ ਉਹ ਹੁੰਦਿਆਂ ਹੁੰਦਿਆਂ ਰੁਕ ਜਾਣਾ, ਇਹ ਕੋਈ ਸਾਡੇ ਪਿਛਲੇ ਕੀਤੇ ਹੋਏ ਜਿਹੜੇ ਖੋਟੇ ਕਰਮ ਨੇ ਉਹ ਮੂਹਰੀ ਆ ਜਾਂਦੇ। ਇਸੇ ਕਰਕੇ ਫਿਰ ਮਹਾਰਾਜ ਨੇ ਕਿਹਾ ਵੀ ਵਿਘਨ ਬਿਨਾਸਨ ਸਭ ਦੁਖਨਾਸਨ ਸਤਿਗੁਰ ਨਾਮ ਦਿਰੜਾ ਆ, ਕੋਏ ਪਾਪ ਭਏ ਸਭ ਪਾਵਨ ਜਾਂ ਨਾਨਕ ਸੁਖ ਘਰਿਆ ਆ। ਸੋ ਇਸ ਕਰਕੇ ਜਿਹੜੇ ਪਿਛਲੇ ਕੀਤੇ ਹੋਏ ਸਾਡੇ ਕਰਮ ਨੇ ਖੋਟੇ ਕਰਮ, ਉਹਨਾਂ ਨੂੰ ਉਹਨਾਂ ਦੀ ਨਿਵਿਰਤੀ ਵਾਸਤੇ ਫਿਰ ਅਸਾਧਾਰਨ ਪ੍ਰਦਰਸ਼ਿਤ ਹੁੰਦਾ। ਫਿਰ ਸਕਾਮ ਕਰਮ ਹੁੰਦੇ ਹੈ ਸਹਿਤ ਕਾਮਨਾ ਦੇ, ਵੀ ਮੈਂ ਆਹ ਕੰਮ ਜਿਵੇਂ ਸੇਵਾ ਕਰਾਂ ਜਾਂ ਪੂਜਾ ਕਰਾਂ ਜੋ ਵੀ ਕਰਾਂ ਵੀ ਇਹਦੇ ਬਦਲੇ ਮੈਨੂੰ ਕੁਝ ਮਿਲ ਜਾਵੇ। ਨਿਸ਼ਕਾਮ ਕਰਮ ਹੁੰਦੇ ਹੈ ਵੀ ਕੋਈ ਭਾਵ ਜਿਹੜਾ ਕਿਸੇ ਪ੍ਰਕਾਰ ਦੀ ਕਾਮਨਾ ਤੋਂ ਰਹਿਤ ਹੋ ਕਰਕੇ ਸੇਵਾ ਸਿਮਰਨ ਕਰਨਾ। ਸੋ ਇਹ ਕਰਮ ਜਿਹੜੇ ਸਾਧ ਸੰਗਤ ਜੀ ਬਹੁਤ ਪ੍ਰਕਾਰ ਦੇ ਲਿਖੇ ਹੈ। ਹੁਣ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਕਰਮ ਧਰਮ, ਹੁਣ ਧਰਮ ਸ਼ਬਦ ਹੈ ਮਰਗ ਸਭ ਬੰਧਨ। ਹੁਣ ਜਿਹੜਾ ਧਰਮ ਸ਼ਬਦ ਹੈ, ਇੱਕ ਪਾਸੇ ਆਪਾਂ ਵੀ ਕਹਿੰਦੇ ਹਾਂ ਵੀ ਭਾਈ ਧਰਮੀ ਹੋ ਵੀ ਧਰਮ ਦੇ ਸਹਿਤ ਆਪਣੀ ਜ਼ਿੰਦਗੀ ਬਤੀਤ ਕਰੋ। ਸ੍ਰੀ ਜਪਜੀ ਸਾਹਿਬ ਦੇ ਵਿੱਚ ਜਿੱਥੇ ਪੰਜ ਖੰਡਾਂ ਦੀ ਬਾਣੀ ਆਉਂਦੀ ਹੈ, ਪਹਿਲਾ ਖੰਡ ਹੀ ਧਰਮ ਖੰਡ ਹੈ ਵੀ ਧਰਮ ਦੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਜ਼ਰੂਰੀ ਹੈ। ਪਰ ਇੱਥੇ ਮਹਾਰਾਜ ਕਹਿੰਦੇ ਇਹ ਧਰਮ ਵੀ ਬੰਧਨ ਹੈ, ਕਿਹੜਾ? ਪਾਪ ਪੁੰਨ ਸੰਬੰਧ। ਕੋਈ ਵੀ ਕਰਮ ਅਸੀਂ ਕਰਦੇ ਹਾਂ ਤੇ ਧਰਮ ਦੇ ਸਹਿਤ ਹੋ ਕੇ ਕਰਦੇ ਹਾਂ, ਵੀ ਮੈਂ ਧਰਮ ਵਾਲਾ ਕਰਮ ਕਰ ਰਿਹਾ ਕੋਈ ਪਰਮਾਰਥ ਤੇ ਦੁਨੀਆਂ ਦੇ ਵਿੱਚ। ਪਰ ਸਤਿਗੁਰੂ ਮਹਾਰਾਜ ਇਹ ਕਹਿੰਦੇ ਤੁਸੀਂ ਜੋ ਵੀ ਇਹ ਕਰਮ ਕਰਦੇ ਹੋ ਜੇ ਵਿੱਚ ਉਹਦੇ ਹਉਮੈ ਆ ਗਈ ਨਾ, ਜਿਹੜੀ ਹੰਗਤਾ ਆ ਗਈ ਹੈ, ਉਹ ਫਿਰ ਬੰਧਨ ਰੂਪ ਹੈ। ਇਹ ਬੰਧਨ ਹੈ ਜਿਹੜਾ ਕੋਈ ਮਹਾਰਾਜ ਕਹਿੰਦੇ ਹੋਂ ਵਿੱਚ ਸਚਿਆਰ ਕੂੜਿਆਰ, ਇਹ ਬੰਧਨ ਹੈ। ਮਹਾਰਾਜ ਕਹਿੰਦੇ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਜਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਪਾਪ ਉਨ ਵਿਚਾਰ ਹੋਂ ਵਿੱਚ ਨਰਗ ਸੁਰਗ ਅਵਤਾਰ ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ। ਤੇ ਇਸ ਕਰਕੇ ਹੋਂ ਵਿੱਚ ਸਚਿਆਰ ਪਾਪ ਉਨ ਵਿਚਾਰ, ਭਾਵ ਕਿ ਜਿੱਥੇ ਵੀ ਹੰਗਤਾ ਨਾਲ ਲੱਗ ਗਈ ਨਾ ਉਹ ਬੰਧਨ ਹੀ ਬਣ ਜਾਂਦਾ, ਉਹ ਬੰਧਨ ਪੈ ਜਾਂਦਾ ਜੀਵ ਨੂੰ। ਇਸੇ ਨੂੰ ਫਿਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬੜੇ ਸਰਲ ਸ਼ਬਦਾਂ ਚ ਕਹਿ ਦਿੱਤਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗਮਾਨ, ਵੀ ਮਨ ਮੈਂ ਕਿ ਵਿੱਚ ਜੇ ਨਾ ਹੰਕਾਰ ਆ ਗਿਆ ਵੀ ਮੈਂ ਆਹ ਚੰਗਾ ਕਰਮ ਕਰਿਆ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਉਹ ਤੇਰਾ ਕੀਤਾ ਹੋਇਆ ਜੋ ਕਰਮ ਤੈਂ ਕੀਤੇ ਨੇ, ਤੀਰਥਾਂ ਤੇ ਗਿਆ ਦਾਨ ਪੁੰਨ ਕਰਿਆ, ਕਹਿੰਦੇ ਉਹ ਤਾਂ ਕੁੰਚਰ ਕੀ ਹਾਥੀ ਦਾ ਇਸ਼ਨਾਨ ਹੀ ਹੈ। ਹਾਥੀ ਨੂੰ ਇਸ਼ਨਾਨ ਕਰਵਾ ਦਈਏ ਕਰਦੇ ਨਾ, ਉਹਨੂੰ ਨਵਾ ਦਈਏ ਨਾ, ਸਗੋਂ ਉਹ ਮੁੜ ਕੇ ਉਹਨੇ ਫੇਰ ਆਵੇ ਪਿੰਡੇ ਤੇ ਆਪਣੇ ਸਰੀਰ ਤੇ ਮਿੱਟੀ ਘੱਟਾ ਪਾ ਲੈਣਾ, ਸਗੋਂ ਜਿਹੜਾ ਗਿੱਲਾ ਪਿੰਡ ਹੈ ਉਹ ਜ਼ਿਆਦੇ ਉਹ ਤੇ ਮਿੱਟੀ ਜੰਮ ਜਾਂਦੀ ਹੈ। ਇਹ ਪ੍ਰਮਾਣ ਦਿੱਤਾ ਮਹਾਰਾਜ ਨੇ
ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਹੜਾ ਨਾ ਹੰਗਤਾ ਦੇ ਸਹਿਤ ਕੋਈ ਕਰਮ ਅਸੀਂ ਜਾਂ ਧਰਮ ਦਾ ਕਾਰਜ ਕਰਦੇ ਹਾਂ ਨਾ ਮਹਾਰਾਜ ਕਹਿੰਦੇ ਬੰਧਨ ਆ ਉਹ ਬੰਧਨ ਹਨ ਤੇ ਨਾਲ ਸੰਬੰਧ ਜੁੜ ਗਿਆ ਪਾਪ ਤੇ ਪੁੰਨ ਦਾ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ ਸਰਵਰ ਪੰਖੀ ਹੇਕੜੋ, ਕਹਿੰਦੇ ਸੰਸਾਰ ਰੂਪੀ ਇਹ ਜਿਹੜਾ ਸਮੁੰਦਰ ਹੈ ਇਹ ਸਾਡਾ ਜੀਵ ਰੂਪੀ ਜਿਹੜਾ ਜੀਵ ਇਹ ਇਕੱਲਾ ਵਿਚਾਰਾ ਫਾਹੀ ਬਾਲ ਪਚਾਸ, ਕਹਿੰਦੇ ਪੰਜਾਹ ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਨੇ। ਉਹ ਕਿਹੜੀਆਂ ਫਾਹੀਆਂ ਹਨ? ਪੰਜ ਸਾਡੇ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਹੈ ਇਹ ਉਹ ਦਸ, ਤੇ ਚਾਰ ਸਾਡੇ ਅੰਤਕਰਨ ਦੀਆਂ ਬਿਰਤੀਆਂ ਨੇ ਜਿਹਨੂੰ ਕਹਿੰਦੇ ਨੇ ਮਨ ਬੁੱਧ ਚਿੱਤ ਅਹੰਕਾਰ। ਮਨ ਬੁੱਧ ਚਿੱਤ ਅਹੰਕਾਰ ਸਾਡੇ ਅੰਤਕਰਨ ਦੀਆਂ ਬਿਰਤੀਆਂ ਚਾਰ ਹਨ। ਸੋ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਤੇ ਚਾਰ ਇਹ ਅੰਤਕਰਨ ਦੀਆਂ ਬਿਰਤੀਆਂ ਚੌਦਾਂ ਹੋ ਗਏ। ਤੇ ਇਹ ਜਿਹੜੇ ਚੌਦਾਂ ਸਾਡੇ ਸਤਸੰਗ ਜੀ ਇਹ ਹਨ ਕਰਮ ਇੰਦਰੇ ਗਿਆਨ ਇੰਦਰੇ ਤੇ ਅੰਤਕਰਨ, ਇਹਨਾਂ ਚੌਦਾਂ ਦੇ ਚੌਦਾਂ ਵਿਸ਼ੇ ਨੇ, ਅਠਾਈ ਹੋ ਗਏ ਨਾ। ਅੱਗੇ ਫਿਰ ਇਹ ਸਤਸੰਗ ਜੀ ਇਹਨੂੰ ਚੌਦਾਂ ਤ੍ਰਿਪੁਟੀਆਂ ਗਏ ਨੇ, ਇਹਨਾਂ ਚੌਦਾਂ ਦੇ ਅੱਗੇ ਚੌਦਾਂ ਹੀ ਦੇਵਤੇ ਹੈ। ਤੇ ਇਸ ਤਰ੍ਹਾਂ ਦੀ ਜਿਹੜੀ ਵਿਚਾਰ ਹੈ ਬਹੁਤ ਥੋੜ੍ਹੀ ਸੁਣਨ ਨੂੰ ਮਿਲਦੀ ਹੈ, ਕਈ ਵਾਰੀ ਸਮਝ ਨਹੀਂ ਆਉਂਦੀਆਂ ਗੱਲਾਂ ਇਸ ਤਰ੍ਹਾਂ ਦੀਆਂ। ਜੇ ਫਰਜ਼ ਕਰੋ ਜਿਹੜਾ ਅਹੰ ਭਾਵ ਹੈ ਅਹੰਕਾਰ ਵਾਲੀ ਬਿਰਤੀ ਹੈ ਇਹਦਾ ਦੇਵਤਾ ਸ਼ਿਵਜੀ ਮੰਨੇ ਹੈ, ਇਸੇ ਤਰ੍ਹਾਂ ਹੀ ਜਿਹੜਾ ਸਾਡੀਆਂ ਅੱਖਾਂ ਨੇਤਰ ਹਨ ਇਹਦਾ ਦੇਵਤਾ ਸੂਰਜ ਮੰਨੇ ਹੈ, ਤੇ ਬੁੱਧੀ ਦਾ ਦੇਵਤਾ ਚੰਦਰਮਾ ਮੰਨੇ ਹੈ, ਹੱਥਾਂ ਦਾ ਦੇਵਤਾ ਇੰਦਰ ਮੰਨੇ ਹੈ, ਤੇ ਪੈਰਾਂ ਦਾ ਦੇਵਤਾ ਵਿਸ਼ਨੂੰ ਮੰਨੇ ਹੈ, ਤੇ ਪੇਟ ਦਾ ਦੇਵਤਾ ਬਰਮਾ ਮੰਨੇ ਹੈ। ਜਿੰਨੇ ਵੀ ਸਾਡੇ ਇਹ ਕਰਮ ਇੰਦਰੇ ਗਿਆਨ ਚੌਦਾਂ ਤ੍ਰਿਪੁਟੀਆਂ ਨੇ ਇਹਨਾਂ ਦੇ ਚੌਦਾਂ ਹੀ ਇਹਨਾਂ ਦੇ ਦੇਵਤੇ ਹੈ ਜਿਹੜੇ ਇਹਦੇ ਬਿਮਾਨੀ ਨੇ ਜਿਹਦੇ ਕਰਕੇ ਸਾਰਾ ਇਹ ਕਾਰਜ ਹੋ ਰਿਹਾ। ਸੋ ਚੌਦਾਂ ਸਾਡੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਚੌਦਾਂ ਚਾਰ ਅੰਤਰ, ਚੌਦਾਂ ਚੌਦਾਂ ਵਿਸ਼ੇ ਹੋ ਗਏ ਇਹਨਾਂ ਦੇ, ਚੌਦਾਂ ਦੇਵਤੇ, ਚੌਦਾਂ ਤੀਆ ਬਿਆਲੀ, ਇਹ ਬਿਆਲੀ ਹੋ ਗਏ ਨਾ। ਤੇ ਪੰਜ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੋ ਗਏ, ਪੰਜ ਇਹ ਹੋ ਗਏ ਤੇ ਬਿਆਲੀ ਤੇ ਪੰਜ ਹੋ ਗਏ ਸਤਸੰਗ ਜੀ ਸੰਤਾਲੀ। ਤਿੰਨ ਅੱਗੇ ਹੋ ਗਏ ਗੁਣ, ਰਜਗੁਣ, ਤਮਗੁਣ, ਸਤਗੁਣ, ਇਹ ਪੰਜਾਹ ਹੋ ਗਏ। ਕਹਿੰਦੇ ਫਾਹੀ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਕਹਿੰਦੇ ਇਹ ਜੀਵ ਆਤਮਾ ਨੂੰ ਇਹ ਪੰਜਾਹ ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ, ਜੀਵ ਇਹਦੇ ਵਿੱਚ ਘੁੰਮਣ ਘੇਰੀਆਂ ਖਾਈ ਜਾਂਦਾ, ਸੱਚ ਦਾ ਰਸਤਾ ਹੀ ਨਹੀਂ ਲੱਭਦਾ। ਬੜੀਆਂ ਗਹਿਰੀਆਂ ਵਿਚਾਰਾਂ ਇਹ ਲਿਖੀਆਂ ਨੇ ਵਿਚਾਰ ਸਾਗਰ ਵਿੱਚ ਕਿ ਪਹਿਲੀ ਗੱਲ ਤਾਂ ਇਸ ਰਸਤੇ ਤੁਰ ਨਹੀਂ ਹੁੰਦਾ। ਤਾਂ ਹੀ ਤਾਂ ਹਰਿਮਹਾਰਾਜ ਨੇ ਕਿਹਾ ਨਾ ਵੀ ਜਿਹੜਾ ਹੈ ਵੀ ਇਹ ਜਿਹੜੀ ਹੈ ਸਿੱਖੀ ਹੈ ਖੰਨਿਓ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਇਹ ਔਖਾ ਰਸਤਾ ਹੈ ਵੀ ਇਹ ਛੱਡ ਨਹੀਂ ਹੁੰਦੇ, ਬਿਰਤੀ ਅੰਤਰਮੁਖ ਨਹੀਂ ਹੁੰਦੀ, ਇਹਨਾਂ ਵਿੱਚ ਉਲਝ ਕੇ ਜੀਵ ਰਹਿ ਜਾਂਦਾ ਹੈ। ਫਾਹੀ ਇਹ ਫਾਹੀਆਂ ਪਈਆਂ ਹੋਈਆਂ ਨੇ, ਇਹ ਲਹਿਰੀ ਤੰਤ ਗੱਡੀਆਂ ਸੱਚੇ ਤੇਰੀ ਆਖਰੇ, ਇਹਨਾਂ ਦੇ ਵਿੱਚੋਂ ਇੱਕ ਹੀ ਆਸਾ ਹੈ ਉਹ ਹੈ ਪਰਮਾਤਮਾ ਦੀ ਆਸਾ। ਜੇ ਕੋਈ ਜੀਵ ਇਹ ਦ੍ਰਿੜ ਕਰ ਲਵੇ ਮੈਂ ਤੇਰੀ ਸ਼ਰਨ ਵਿੱਚ ਆਇਆ, ਕਹਿੰਦੇ ਫਿਰ ਇਹ ਫਾਹੀਆਂ ਟੁੱਟਦੀਆਂ ਨੇ। ਜਿਵੇਂ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਨੇ ਹਿੰਦੂ ਰਾਜੇ ਜਿਹੜੇ 52 ਰਾਜੇ ਕੈਦੀ ਕੀਤੇ ਹੋਏ ਸਨ, ਉੱਥੇ ਉਹਨੂੰ ਕੋਈ ਨਹੀਂ ਛੁਡਾ ਸਕਦਾ। ਕਦੇ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਦਰਸ਼ਨ ਕਰੀਏ, ਉੱਥੇ ਹੁਣ ਵੀ ਉਹ ਬੜੇ ਬੜੇ ਥੰਭਲੇ ਹੈ ਤੇ ਖੂਹ ਹੈ, ਪਸ਼ੂਆਂ ਵਾਲਾ ਜੀਵਨ ਬਤੀਤ ਕਰ ਰਹੇ ਸੀ, ਉੱਥੇ ਕੋਈ ਉਹਨੂੰ ਆਸ ਨਹੀਂ ਸੀ। ਪਰ ਧੰਨ ਮੇਰੀ ਪੀਰੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਉਹਨਾਂ ਨੂੰ ਉੱਥੇ ਬੰਦ ਖਲਾਸੀ ਕਰਵਾਈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸੱਚੇ ਤੇਰੀ ਆਸ ਵੀ ਸਾਨੂੰ ਤਾਂ ਇਹ ਪੰਜਾਹ ਤਰ੍ਹਾਂ ਦੀਆਂ ਫਾਹੀਆਂ ਪਈਆਂ ਹੋਈਆਂ ਨੇ, ਪਹਿਲਾਂ ਤਾਂ ਪੰਜੇ ਵਿਸ਼ੇ ਨਹੀਂ ਕਿਹੜਾ ਛੱਡਦੇ, ਕਦੇ ਮਨ ਕ੍ਰੋਧੀ ਹੋ ਜਾਂਦਾ, ਕਦੇ ਲੋਭੀ ਹੋ ਜਾਂਦਾ, ਕਦੇ ਕਾਮੀ ਹੋ ਜਾਂਦਾ, ਕਦੇ ਮੋਹ ਵਿੱਚ ਫਸ ਜਾਂਦੇ ਹਾਂ ਅਸੀਂ, ਪੰਖ ਜੋ ਹੋ ਪਗਨੀ ਚੱਲ ਰਹੇ ਹਾਂ ਦੇਖਾ ਤਾਂ ਡੁੱਬੀ ਵਾਲੇ, ਤੇ ਕਦੇ ਫਿਰ ਸਤਸੰਗ ਜੀ ਇਸ ਤਰ੍ਹਾਂ ਜਿਹੜੇ ਆਪਣੇ ਅਸੀਂ ਕਰਮ ਜਿਹੜੇ ਕਰਦੇ ਹਾਂ ਕਰਮ ਇੰਦਰੀਆਂ ਦੁਆਰਾ, ਤੇ ਇਹਦੇ ਵਿੱਚ ਜੀ ਅਸੀਂ ਸਾਨੂੰ ਜਿਹੜੀਆਂ ਸਾਡੀਆਂ ਆਦਤਾਂ ਨੇ ਅਸੀਂ ਆਦਤਾਂ 'ਚ ਘਿਰ ਜਾਂਦੇ ਹਾਂ, ਆਮ ਕਰਕੇ ਅਸੀਂ ਆਪਣੀਆਂ ਆਦਤਾਂ ਦੇ ਵਿੱਚ ਘਿਰੇ ਹੋਏ ਸਾਰਾ ਜੀਵਨ ਲੰਘਾ ਦਿੰਦੇ ਹਾਂ। ਸਾਤੋਂ ਇੱਕ ਆਪਣੀ ਇੱਕ ਇੱਕ ਜਿਹੜੀ ਆਦਤ ਹੈ ਨਾ ਉਹ ਛੱਡਣੀ ਹੁੰਦੀ, ਪਰ ਜਿਹੜਾ ਸਾਡਾ ਸਰੂਪ ਹੈ ਉਹਨੂੰ ਕੋਈ ਬੰਧਨ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਫਿਰ ਇਹ ਸੱਚੇ ਤੇਰੀ ਆਸ, ਮੈਨੂੰ ਇੱਕ ਤੇਰੀ ਆਸ ਹੈ,
ਤੇ ਮਹਾਰਾਜ ਕਹਿੰਦੇ ਨੇ ਬੰਧਨ ਮਾਤ ਪਿਤਾ ਸੰਸਾਰ, ਜਿਹੜੇ ਮਾਤਾ ਪਿਤਾ ਸੰਸਾਰ ਇਹ ਵੀ ਬੰਧਨ ਹੈ। ਬੰਧਨ ਸੁਤ ਕੰਨਿਆ ਅਰ ਨਾਰ, ਸੁਤ ਪੁੱਤਰ ਕੰਨਿਆ ਲੜਕੀ ਤੇ ਇਸਤਰੀ ਹੋ ਗਈ, ਬੰਧਨ ਸੁਤ ਕੰਨਿਆ ਅਰ ਨਾਰ ਕਹਿੰਦੇ ਮਹਾਰਾਜ, ਕਹਿੰਦੇ ਇਹ ਵੀ ਬੰਧਨ ਹਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ, ਕਹਿੰਦੇ ਬੰਧਨ ਕਿਰਕੀ ਕਰੇ ਕਿਰਸਾਨ ਹੋਮੇ ਡੰਨ ਸਹਿ ਰਾਜਾ ਮੰਗੇ ਦਾਨ, ਜਿਹੜੇ ਕਿਰਸਾਨ ਖੇਤੀ ਕਰਦੇ ਆ ਹੋਮ ਮਮਤਾ ਦੀ ਸਹਿ ਤੋਂ ਕਰਕੇ ਉਹ ਵੀ ਬੰਧਨ ਹਨ, ਉਹ ਡੰਨ ਸਹਿੰਦੇ ਆ। ਤੇ ਮਹਾਰਾਜ ਕਹਿੰਦੇ ਬੰਧਨ ਸੌਦਾ ਅਣ ਵਿਚਾਰੀ, ਕਹਿੰਦੇ ਜੋ ਵੀ ਜੀਵਨ ਬਿਨਾਂ ਵਿਚਾਰ ਤੋਂ ਕਰਮ ਕਰਦੇ ਉਹ ਬੰਧਨ ਹੀ ਹੈ, ਬਿਨਾਂ ਵਿਚਾਰ ਤੋਂ ਬੰਧਨ ਸੌਦਾ ਅਣ ਵਿਚਾਰੀ। ਇਸੇ ਲਈ ਫਿਰ ਗ੍ਰੰਥਕਾਰ ਕਹਿੰਦੇ ਆ ਸਭ ਕਾਮ ਕੇ ਆਦਿ ਵਿਚਾਰ ਭਲੋ। ਗੁਰਮੁਖ ਤੇ ਮਨਮੁਖ ਦਾ ਇਹੀ ਫਰਕ ਹੈ, ਜਿਹੜੇ ਮਨਮੁਖ ਨੇ ਨਾ ਉਹ ਕੰਮ ਸ਼ੁਰੂ ਕਰ ਲੈਂਦੇ ਹੈ, ਇਹ ਨਹੀਂ ਦੇਖਦੇ ਇਹ ਮੈਂ ਜਿਹੜੋ ਮੈਂ ਕਰਮ ਕਰਨ ਲੱਗਿਆ ਇਹਦਾ ਨਤੀਜਾ ਕੀ ਹੋਣਾ ਹੈ, ਇਹਦਾ ਮੈਨੂੰ ਫਲ ਕੀ ਮਿਲਣਾ ਹੈ, ਸੁੱਖ ਮਿਲਣਾ ਜਾਂ ਦੁੱਖ ਮਿਲਣਾ ਹੈ। ਮਨਮੁਖ ਕਰਮ ਸ਼ੁਰੂ ਕਰ ਲੈਂਦੇ ਹੈ ਫਿਰ ਉਹਨੂੰ ਬੰਧਨ ਪੈ ਜਾਂਦੇ ਆ। ਤੇ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਹੈ। ਜੋ ਵੀ ਅਸੀਂ ਕਰਮ ਕਰਦੇ ਹਾਂ ਨਾ, ਮਨ ਵਿੱਚ ਕਰਮ ਕਹਿੰਦੇ ਆਪਾਂ, ਉਹ ਪਹਿਲਾਂ 100 ਵਾਰੀ ਸੋਚਦੇ ਹੈ ਵੀ ਜਿਹੜਾ ਮੈਂ ਇਹ ਕਰਮ ਕਰਨ ਲੱਗਿਆ ਇਹਦਾ ਰਿਜ਼ਲਟ ਕੀ ਹੋਣਾ ਹੈ, ਇਹਦਾ ਨਤੀਜਾ ਕੀ ਹੋਣਾ ਹੈ, ਕਿਉਂਕਿ ਜੈਸਾ ਬੀਜੈ ਸੋ ਲਾਉਣਾ। ਕਰਮਾ ਸੰਦੜਾ ਖੇਤ, ਹਰ ਪ੍ਰਭ ਕਾ ਸਭ ਖੇਤ ਹੈ ਵਾ ਹਰਾਪ ਕਿਰਸਾਣੀ ਲਾਇਆ। ਗੁਰਮੁਖ ਬਖਸ਼ ਜਵਾਇਨ ਮਨਮੁਖੀ ਮੂਲ ਗਵਾਇਆ, ਇਹ ਸਾਡਾ ਸਰੀਰ ਇੱਕ ਖੇਤ ਦੀ ਨਿਆਈ ਹੈ, ਜਿਹੋ ਜਿਹਾ ਅਸੀਂ ਬੀਜ ਬੀਜਾਂਗੇ ਉਹ ਤਾਂ ਵੱਢਣੇ ਹੀ ਪੈਣੇ ਨਾ। ਇਸ ਕਰਕੇ ਜਿਹੜੇ ਗੁਰਮੁਖ ਨੇ ਕਹਿੰਦੇ ਉਹ ਭਾਈ ਪਹਿਲਾਂ ਸੋਚਦੇ ਹੈ ਵੀ ਜੋ ਮੈਂ ਕਰਮ ਕਰਨ ਲੱਗਿਆ ਇਹਦਾ ਮੈਨੂੰ ਨਤੀਜਾ ਕੀ ਹੋਣਾ, ਇਹਦਾ ਫਲ ਕੀ ਮਿਲਣਾ, ਤੇ ਨਹੀਂ ਤਾਂ ਬੰਧਨ ਸੌਦਾ ਅਣ ਵਿਚਾਰੀ, ਕਹਿੰਦੇ ਬਿਨਾਂ ਵਿਚਾਰ ਕੀਤਿਆਂ ਜੋ ਵੀ ਜੀਵ ਕਰਮ ਕਰਦਾ ਉਹ ਬੰਧਨ ਹੀ ਹੈ। ਸਤਸੰਗ ਜੀ, ਬੰਧਨ ਪਈ ਜਾਂਦੇ ਆ ਜੀਵ ਨੂੰ, ਐਸੀ ਲੜੀ ਜੁੜ ਜਾਂਦੀ ਹੈ ਨਾ ਇਹ ਬੰਧਨਾਂ ਦੀ, ਪੜ੍ਹ ਪੜ੍ਹ ਕੇ ਹੈਰਾਨ ਹੋ ਜਾਂਦਾ ਵੀ ਜੀਵ ਦਾ ਛੁਟਕਾਰਾ ਕਿਵੇਂ ਹੋਵੇ। ਅੱਗੇ ਤੋਂ ਅੱਗੇ ਇੱਕ ਕਰਮ ਦੇ ਫਿਰ ਅੱਗੀਆਂ, ਜਿਵੇਂ ਇੱਕ ਆਪਾਂ ਬੀਜ ਬੀਜ ਦਿੰਦੇ ਹਾਂ ਇੱਕ ਦਾਣਾ, ਉਹਦੇ ਕਿੰਨੇ ਅੱਗੇ ਦਾਣੇ ਪੈਦਾ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਅਸੀਂ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਜਿਹੜੇ ਕਰਮ ਕਰਦੇ ਹਾਂ ਉਹ ਅੱਗੋਂ ਫਿਰ ਇਉਂ ਉਹਦਾ ਫਲਾਰਾ ਫੈਲ ਜਾਂਦਾ। ਜਿਵੇਂ ਫਰਜ਼ ਕਰੋ ਸਮੇਂ ਬਾਅਦ ਟੂਕ ਮਾਤਰ ਹੀ ਬੇਨਤੀ ਹੈ, ਆਪਣੇ ਕੋਲੇ ਦੁਆਪਰ ਯੁੱਗ ਦੀ ਬਹੁਤ ਵੱਡੀ ਉਦਾਹਰਣ ਹੈ। ਗੁਰਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਕਈ ਕਈ ਵਾਰੀ ਉਹਦਾ ਹਵਾਲਾ ਦਿੱਤਾ ਹੈ। ਉਹ ਕੀ ਹੈ, ਦੁਆਪਰ ਯੁੱਗ ਦੇ ਵਿੱਚ ਜਦੋਂ ਪਾਂਡਵਾਂ ਨੇ ਜੱਗ ਕਰਿਆ ਸੀ, ਉਹ ਜੱਗ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਮਹਿਲ ਬਣਾਇਆ ਸੀ ਜਿੱਥੇ ਤਾਂ ਫਰਸ਼ ਸੀ ਉੱਥੇ ਪਾਣੀ ਲੱਗਦਾ ਹੈ, ਜਿੱਥੇ ਪਾਣੀ ਸੀ ਉੱਥੇ ਫਰਸ਼, ਜਿੱਥੇ ਕੰਧਾਂ ਸਨ ਉੱਥੇ ਦਰਵਾਜ਼ਾ ਪ੍ਰਤੀਤ ਹੁੰਦਾ ਸੀ, ਜੇ ਦਰਵਾਜ਼ੇ ਸਨ ਉੱਥੇ ਕੰਧਾਂ ਪ੍ਰਤੀਤ ਹੁੰਦੀਆਂ ਸਨ। ਜਦੋਂ ਉੱਥੇ ਦੁਰਯੋਧਨ ਹੋਣੀ ਆਏ ਤੇ ਜਾ ਕੇ ਟੱਕਰਾਂ ਮਾਰੀਆਂ, ਉੱਥੇ ਦਰੋਪਦਾ ਨੇ ਇਹ ਕਰਮ ਕਰਿਆ, ਕਹਿੰਦੇ ਅੰਨਿਆਂ ਦੇ ਅੰਨੇ ਰਹਿ ਗਏ, ਉਹਨੇ ਜਵਾਨ ਦੇ ਨਾਲ ਇਹ ਕਰਮ ਸਤਸੰਗ ਜੀ ਕਰ ਲਿਆ, ਆਪਣਾ ਬੀਜ ਬੀਜ ਲਿਆ। ਫਿਰ ਕੀ ਹੋਇਆ, ਅੱਗੇ ਮਹਾਂਭਾਰਤ ਦਾ ਜੰਗ ਹੋਇਆ, 18 ਪੌੜੀਆਂ 17.5 ਦਿਨਾਂ ਵਿੱਚ ਹੀ ਇੰਨੀਆਂ ਉੱਥੇ ਜਨਤਾ ਜਿਹੜੀ ਮਾਰੀ ਗਈ ਸੀ ਕੁਰਕਸ਼ੇਤਰ ਦੇ ਮੈਦਾਨ ਵਿੱਚ। ਉਤਸੋ ਕਹਿਣ ਤੋਂ ਭਾਵ ਇਹ ਕਰਮਾਂ ਦਾ ਐਸਾ ਜਾਲ ਪਿਆ ਹੋਇਆ। ਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬੰਧਨ ਸੌਦਾ ਭਾਈ ਅਣ ਵਿਚਾਰੀ, ਕਹਿੰਦੇ ਬਿਨਾਂ ਵਿਚਾਰ ਤੋਂ ਜਿਹੜਾ ਜੀਵ ਕਰਮ ਕਰਦਾ ਉਹ ਬੰਧਨ ਰੂਪ ਹੋ ਜਾਂਦਾ ਹੈ। ਨਾਨਕ ਰਾਮ ਨਾਮ ਸਰਨਾਈ ਤੇ ਸਤਿਗੁਰ ਰਾਖੇ ਬੰਧਨ ਪਾਈ, ਕਹਿੰਦੇ ਮੈਂ ਤਾਂ ਇੱਕੋ ਹੀ ਰਸਤਾ ਲੱਭਿਆ, ਹੇ ਵਾਹਿਗੁਰੂ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਆਇਆ, ਸਤਿਗੁਰ ਰਾਖੇ ਬੰਧਨ ਪਾਈ, ਜੇ ਤੂੰ ਕਿਰਪਾ ਕਰੇ ਤਾਂ ਹੀ ਇਹ ਬੰਧਨ ਮੈਨੂੰ ਨਹੀਂ ਪੈਣੇ, ਨਹੀਂ ਤਾਂ ਬੰਧਨ ਪਈ ਜਾ ਰਹੇ। ਜੇ ਤੇ ਸਿਆਣਪ ਕਰਮ ਹੋ ਕੀਏ ਤੇ ਬੰਧ ਭਰੇ, ਜਿੰਨੇ ਜੀਵ ਆਪਣੇ ਸਿਆਣਪ ਦੇ ਹੋਮੇ ਦੀ ਸਹਿਤ ਹੋ ਕਰਕੇ ਕਰਮ ਕਰਦਾ ਤਿੰਨੇ ਬੰਧਨ ਪਈ ਜਾ ਰਹੇ। ਜਬ ਤੇ ਸਾਧੂ ਕਰ ਮਸਤਕ ਹੱਥ ਧਰੇ ਤਬ ਮੁਕਤ ਪਏ, ਜੇ ਪੂਰਾ ਗੁਰੂ ਗੁਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬਰਿਆਈਆ,
ਜੇ ਪੂਰਾ ਗੁਰੂ ਸਿਰ ਤੇ ਹੱਥ ਰੱਖੇ ਤਾਂ ਹੀ ਇਹ ਬੰਧਨਾਂ ਤੋਂ ਛੁਟਕਾਰਾ ਮਿਲਣਾ, ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਰਾਜਿਆਂ ਨੂੰ ਛਡਾਇਆ ਸੀ ਨਾ, ਤੇ ਅਸੀਂ ਵੀ ਅਸੀਂ ਫਸੇ ਬੈਠੇ ਹਾਂ ਇਹ ਬੰਧਨਾਂ ਦੇ ਵਿੱਚ। ਜਬ ਤੇ ਕਰ ਸਾਧੂ ਮਤ ਤਰੇ ਤਮਹਾਂ ਮੁਕਤ ਭਏ, ਸੋ ਜਿੰਨੇ ਅਸੀਂ ਸਿਆਣਪਾਂ ਕਰਦੇ ਹਾਂ ਓਨੇ ਸਾਨੂੰ ਬੰਧਨ ਪਈ ਜਾਂਦੇ ਹੈ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਸਾਰੀ। ਆਸਾ ਅਤੇ ਮਨਸਾ ਇਹ ਬੰਧਨ ਨੇ ਮਹਾਰਾਜ ਕਹਿੰਦੇ, ਕਰਮ ਧਰਮ ਬੰਧਕਾਰੀ, ਕਹਿੰਦੇ ਇਸ ਤਰ੍ਹਾਂ ਹੰਗਤਾ ਦੇ ਸਹਿਤ ਕੀਤੇ ਹੋਏ ਬੰਧ ਉਹ ਬੰਧਨ ਸਾਨੂੰ ਪੈ ਰਹੇ ਹੈ। ਇਸ ਕਰਕੇ ਕਹਿੰਦੇ ਜਿੱਤ ਕਰਮ ਸੁਖ ਉਪਜੈ ਪੰਡਤ, ਕਹਿੰਦੇ ਉਹ ਕਿਹੜਾ ਕਰਮ ਹੈ ਪੰਡਤ, ਉਹ ਕਿਹੜਾ ਕਰਮ ਹੈ ਵੀ ਜਿਹਦੇ ਰਸਤਾ ਅਸੀਂ ਬੰਧਨਾਂ ਤੋਂ ਰਹਿਤ ਹੋਈਏ। ਸੋ ਆਤਮ ਤੱਤ ਵਿਚਾਰੀ, ਉਹ ਇੱਕ ਹੀ ਕਾਰਜ ਹੈ ਕਹਿੰਦੇ ਭਾਈ ਆਤਮ ਤੱਤ। ਤੱਤ ਕੀ ਸਿਮਰਤ ਸਾਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਨਾ, ਜਾਣੀ ਤੱਤ ਪਰਮਾਤਮਾ ਵਾਹਿਗੁਰੂ ਆਪਣਾ ਸਰੂਪ। ਕਹਿੰਦੇ ਉਹ ਆਤਮ ਤੱਤ ਵਿਚਾਰੀ ਹੈ ਕਿ ਆਪਣੇ ਸਰੂਪ ਦਾ ਤੂੰ ਧਿਆਨ ਧਰ। ਆਤਮ ਤੱਤ ਭਾਵ ਕੀ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਧਾ ਅੰਤਰ ਮਰੈ, ਕਿ ਤੂੰ ਜਾਣ ਜਿਹੜਾ ਮੇਰਾ ਨਿੱਜ ਸਰੂਪ ਹੈ ਉਹ ਨਿਰੰਕਾਰ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ, ਉਹਨੂੰ ਕੋਈ ਬੰਧਨ ਨਹੀਂ ਹੈ। ਉਹਦਾ ਉਹਦੇ ਨਾਲ ਉਹਦੇ ਸਾਹ ਆਪਣੇ ਸਰੂਪ ਦਾ ਧਿਆਨ ਧਰਨਾ, ਗੁਰੂ ਦੇ ਆਸਰੇ ਹੋ ਕਰਕੇ ਗੁਰਮੰਤਰ ਦਾ ਜਾਪ ਕਰਨਾ, ਮੂਲ ਮੰਤਰ ਗੁਰਬਾਣੀ ਪੜ੍ਹਨੀ, ਫਿਰ ਸਤਸੰਗ ਜੀ ਉਹ ਆਤਮ ਤੱਤ ਵਿਚਾਰੀ ਹੈ ਜਿਹੜੀ ਨਾ ਆਤਮ ਤੱਤ ਦੀ ਵਿਚਾਰ ਕਰਨੀ। ਉਹਦੇ ਜਦੋਂ ਅਸੀਂ ਉਹ ਵਿਚਾਰ ਕਰਾਂਗੇ ਫਿਰ ਜੀਵਨ ਨੂੰ ਸਤਸੰਗ ਜੀ ਆਪਣੇ ਸਰੂਪ ਦਾ ਗਿਆਨ ਹੋਏਗਾ, ਫਿਰ ਇਹ ਬੰਧਨਾਂ ਤੋਂ ਛੁਟਕਾਰਾ ਹੋਏਗਾ। ਤੇ ਹੁਣ ਇੱਥੇ ਮਹਾਰਾਜ ਕਹਿ ਰਹੇ ਹੈ ਕਰਮ ਧਰਮ ਸੰਬੰਧਨ ਪਾਪ ਪੁੰਨ ਸੰਬੰਧ। ਮਹਾਰਾਜ ਕਹਿੰਦੇ ਜਿਤਨੇ ਵੀ ਅਸੀਂ ਧਰਮ ਦੇ ਜਾਂ ਕੋਈ ਵੀ ਕਰਮ ਕਰਦੇ ਹਾਂ, ਦੋ ਹੀ ਚੀਜ਼ਾਂ ਉਹਦੇ ਵਿੱਚੋਂ ਅੱਗੇ ਜਿਹੜੀਆਂ ਹਨ ਉਹ ਪੈਦਾ ਹੁੰਦੀਆਂ ਨੇ ਕੋਈ ਵੀ ਕਰਮ ਕਰਦੇ ਹਾਂ, ਪਾਪ ਅਤੇ ਪੁੰਨ। ਚੰਗਾ ਕਰਮ ਕਰਾਂਗੇ ਤਾਂ ਪੁੰਨ ਕਰਮ ਹੋਜੂਗਾ, ਕੋਈ ਖੋਟਾ ਕਰਮ ਕਰਾਂਗੇ ਉਹ ਪਾਪ ਕਰਮ ਹੋ ਗਿਆ। ਜਿਹੜਾ ਸਾਡਾ ਸਰੀਰ ਹੈ ਇਹ ਕਾਹਦੇ ਆਸਰੇ ਹੈ, ਇਹ ਪਾਪ ਅਤੇ ਪੁੰਨ ਦੇ ਆਸਰੇ ਹੈ। ਪਾਪ ਪੁੰਨ ਦੋਨੋਂ ਭਾਈ, ਦੋਨੋਂ ਮਿਲ ਕੇ ਸ੍ਰੇਸ਼ਟ ਭਾਈ। ਸਾਡਾ ਜਿਹੜਾ ਸਰੀਰ ਹੈ ਇਹ ਪਾਪ ਅਤੇ ਪੁੰਨ ਦੇ ਆਸਰੇ ਹੈ। ਹੁਣ ਅਗਲਾ ਸਵਾਲ ਇਹ ਹੈ ਵੀ ਪਾਪ ਅਤੇ ਪੁੰਨ ਅਸੀਂ ਕਿਉਂ ਕਰਦੇ ਹਾਂ? ਫਿਰ ਜੋ ਸ਼ਬਦ ਕਹਿ ਰਹੇ ਇਹ ਪਾਪ ਅਤੇ ਪੁੰਨ ਕਿਹਦੇ ਆਸਰਾ ਹੈ? ਉਹ ਹੈ ਰਾਗ ਦੁਐਸ਼ ਕਰਕੇ। ਕਿਸੇ ਨਾਲ ਅਸੀਂ ਰਾਗ ਕਰਦੇ ਹਾਂ, ਭਾਵ ਮੋਹ ਕਰਦੇ ਹਾਂ ਜਿਹਨੂੰ ਪ੍ਰੇਮ ਕਹਿੰਦੇ ਹਾਂ, ਜਾਂ ਕਿਸੇ ਨਾਲ ਦੁਐਸ਼ ਕਰਦੇ ਹਾਂ, ਈਰਖਾ ਕਰਦੇ ਹਾਂ। ਜਿਹੜਾ ਸਾਨੂੰ ਚੰਗਾ ਲੱਗਦਾ ਅਸੀਂ ਉਹਦਾ ਭਲਾ ਕਰਦੇ ਹਾਂ, ਉਹ ਸਾਡਾ ਪੁੰਨ ਕਰਮ ਬਣ ਗਿਆ। ਜੋ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਉਹਦਾ ਬੁਰਾ ਸੋਚਦੇ ਹਾਂ ਤੇ ਉਹ ਦੁਐਸ਼ ਹੋ ਗਈ ਨਾ, ਉਹ ਸਾਡਾ ਪਾਪ ਕਰਮ ਬਣ ਗਿਆ। ਸੋ ਪਾਪ ਪੁੰਨ ਦੇ ਆਸਰੇ ਦੇਹ ਹੈ, ਤੇ ਪਾਪ ਜਿਹੜੇ ਪੁੰਨ ਨੇ ਇਹ ਹੁੰਦੇ ਨੇ ਰਾਗ ਦੁਐਸ਼ ਕਰਕੇ, ਕਿਸੇ ਨਾਲ ਰਾਗ ਕਰਨੀ, ਕਿਸੇ ਨਾਲ ਦੁਐਸ਼ ਕਰਨੀ। ਹੁਣ ਰਾਗ ਦੁਐਸ਼ ਕਿਉਂ ਕਰਦੇ ਹਾਂ? ਕਿਸੇ ਨਾਲ ਅਸੀਂ ਪ੍ਰੇਮ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਕਿਉਂ ਕਰਦੇ ਹਾਂ? ਇਹਦਾ ਅੱਗੇ ਕਾਰਨ ਹੈ ਅਨੁਕੂਲਤਾ ਤੇ ਪ੍ਰਤੀਕੂਲਤਾ। ਅਨੁਕੂਲ ਕਹਿੰਦੇ ਆ ਵੀ ਜਿਹੜਾ ਸਾਨੂੰ ਚੰਗਾ ਲੱਗਦਾ। ਫਰਜ਼ ਕਰੋ ਹੁਣ ਠੰਡ ਦਾ ਮੌਸਮ ਹੈ, ਠੰਡ ਦੇ ਮੌਸਮ ਵਿੱਚ ਸਾਨੂੰ ਕੋਈ ਬਾਹਰ ਠੰਡ ਲੱਗਦੀ ਹੈ, ਕੋਈ ਧੂਈ ਲਾ ਦੇਵੇ ਨਾ, ਲੱਕੜਾਂ ਵਾਲ ਦੇਵੇ, ਤੇ ਠੰਡ ਦਾ ਦੂਰ ਦੂਰ ਹੋ ਗਿਆ ਨਾ, ਸਾਨੂੰ ਚੰਗਾ ਲੱਗਿਆ, ਸਾਡੇ ਅਨੁਕੂਲ ਹੈ ਉਹ। ਕਹਿਣ ਤੇ ਸਮਝੀਏ ਵੀ ਜਿਹੜੇ ਠੰਡ ਨੂੰ ਦੂਰ ਕਰਨ ਵਾਲਾ ਜੋ ਸਾਧਨ ਹੈ, ਜਾਂ ਕੋਈ ਹੀਟ ਲੱਗੀ ਹੋਈ ਹੈ, ਜਾਂ ਕੋਈ ਹੋਰ ਸਾਧਨ ਹੈ, ਉਹ ਸਾਡੇ ਅਨੁਕੂਲ ਹੈ ਅਤੇ ਪ੍ਰਤੀਕੂਲ ਹੁੰਦਾ ਉਲਟ। ਤੇ ਪ੍ਰਤੀਕੂਲ ਕਹਿ ਲਓ ਸਾਨੂੰ ਠੰਡ ਲੱਗ ਰਹੀ ਹੈ, ਕੋਈ ਆ ਕੇ ਪੱਖਾ ਲਾ ਦੇਵੇ ਨਾ, ਏਸੀ ਲਾ ਦੇਵੇ, ਉਹ ਸਾਡੇ ਪ੍ਰਤੀਕੂਲ ਹੋ ਗਿਆ। ਸੋ ਕਹਿਣ ਤੋਂ ਭਾਵ ਤੇ ਪਾਪ ਪੁੰਨ ਅਸੀਂ ਕਰਦੇ ਹਾਂ ਰਾਗ ਦੁਐਸ਼ ਕਰਕੇ, ਰਾਗ ਦੁਐਸ਼ ਅਸੀਂ ਕਰਦੇ ਹਾਂ ਅਨੁਕੂਲਤਾ ਤੇ ਪ੍ਰਤੀਕੂਲਤਾ ਕਰਕੇ। ਜਿਹੜੀ ਅਨੁਕੂਲਤਾ ਪ੍ਰਤੀਕੂਲਤਾ ਇਹ ਕਾਹਦੇ ਕਰਕੇ? ਇਹ ਹੈ ਭੇਦ ਗਿਆਨ ਕਰਕੇ। ਸਾਨੂੰ ਭੇਦ ਪੈ ਗਿਆ ਵੀ ਮੈਂ ਕੁਝ ਹੋਰ ਹਾਂ, ਉਹ ਕੁਝ ਹੋਰ ਹੈ, ਸਾਡੀ ਆਤਮਾ ਦਾ ਭੇਦ ਪੈ ਗਿਆ। ਅਸੀਂ ਜੀਵ ਨੂੰ ਈਸ਼ਵਰ ਨਾਲੋਂ ਵੱਖਰਾ ਮੰਨ ਲਿਆ। ਮੈਂ ਕੁਝ ਕਰਦਾ ਹਾਂ, ਮੈਂ ਕਰਦਾ ਭੋਗਦਾ ਹਾਂ, ਇਹ ਸਤਸੰਗ ਜਿਹੜਾ ਹੈ ਨਾ ਇਹਨੂੰ ਭੇਦ ਗਿਆਨ ਕਹਿੰਦੇ ਆ।
ਜਿਹੜਾ ਭੇਦ ਗਿਆਨ ਹੈ ਇਹ ਹੈ ਆਪਣੇ ਸਰੂਪ ਨੂੰ ਭੁੱਲਣ ਕਰਕੇ, ਆਪਣੇ ਸਰੂਪ ਨੂੰ ਭੁੱਲਣ ਕਰਕੇ ਹੀ ਜੀਵ ਭੇਦ ਵਿੱਚ ਪੈ ਗਿਆ ਤੇ ਭੇਦ ਕਰਕੇ ਹੀ ਅਸੀਂ ਅਨੁਕੂਲਤਾ ਪ੍ਰਤੀਕੂਲਤਾ ਰਾਗ ਦਵੈਸ਼ ਤੇ ਪਾਪ ਪੁੰਨ ਕਰਦੇ ਹਾਂ। ਇਉਂ ਇਹ ਸਿਲਸਿਲਾ ਜੁੜਿਆ ਹੋਇਆ ਹੈ, ਇਉਂ ਅਸੀਂ ਇਹ ਪਾਪ ਪੁੰਨ ਸਰਬੰਧ ਮਾਰੇ। ਕਹਿੰਦੇ ਆਪਣੇ ਸਰੂਪ ਨੂੰ ਭੁੱਲ ਕਰਕੇ ਜਿਹੜੇ ਅਸੀਂ ਇਹ ਕਰਮ ਕਰਦੇ ਹਾਂ, ਕਹਿੰਦੇ ਬੰਧਨ ਨੇ ਤੇ ਪਾਪ ਪੁੰਨ ਦਾ ਸਰਬੰਧ ਹੈ। ਸਨ ਹੁੰਦਾ ਸਣ, ਜਿਹਦੇ ਰੱਸੇ ਵੱਟੇ ਜਾਂਦੇ ਆ ਰੱਸੀਆਂ, ਬੰਧ ਉਹ ਬੰਧਨ, ਜਿਵੇਂ ਕਹਿੰਦੇ ਉਹ ਰੱਸੀਆਂ ਨਾ ਜਿਹੜੀਆਂ ਬੰਨਣ ਦਾ ਕਾਰਨ ਬਣਦੀਆਂ ਨੇ। ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਅਗਿਆਨ ਵਾਸ ਹੋ ਕਰਕੇ ਹੰਗਤਾ ਦੀ ਸਹਿਤ ਹੋ ਕਰਕੇ ਕੋਈ ਵੀ ਕਰਮ ਕਰਦਾ ਚੰਗਾ ਜਾਂ ਮਾੜਾ, ਕਹਿੰਦੇ ਉਹਦੇ ਵਾਸਤੇ ਬੰਧਨ ਪੈ ਜਾਂਦੇ ਆ। ਮਮਤਾ ਮੋਹ ਸੋ ਬੰਧਨ, ਪੁੱਤਰ ਕਲਤਰ ਸੋ ਧੰਦ। ਮਮਤਾ ਹੁੰਦੀ ਹੈ ਸੰਬੰਧੀਆਂ ਦੀ, ਹੰਗਤਾ ਹੁੰਦੀ ਹੈ ਆਪਣੇ ਸਰੀਰ ਦੀ, ਇਹਨੂੰ ਕਹਿੰਦੇ ਨੇ ਹੰਗਤਾ ਮਮਤਾ। ਆਪਣੇ ਸਰੀਰ ਦਾ ਅਭਿਮਾਨ ਕਰਨਾ ਇਹ ਹੁੰਦਾ ਹੰਕਾਰ, ਤੇ ਆਪਣੇ ਸੰਬੰਧੀਆਂ ਦਾ ਜਾਂ ਪਦਾਰਥਾਂ ਦਾ ਲਗਾ ਰੱਖਣਾ ਉਹਨੂੰ ਮਮਤਾ ਕਹਿੰਦੇ ਆ। ਮਹਾਰਾਜ ਕਹਿੰਦੇ ਮਮਤਾ ਮੋਹ ਸੋ ਬੰਧਨ, ਪੁੱਤਰ ਕਲੱਤਰ ਸੋ ਧੰਦ। ਜਿਹੜਾ ਕਹਿੰਦੇ ਇਹਨਾਂ ਸੰਬੰਧੀਆਂ ਦਾ ਪਦਾਰਥਾਂ ਦਾ ਮੋਹ ਹੋ ਰਿਹਾ, ਇਹ ਵੀ ਬੰਧਨ ਹਨ। ਪੁੱਤਰ ਤੇ ਲੜਕੇ ਨੂੰ ਕਹਿੰਦੇ ਹੈ, ਬੇਟਿਆਂ ਨੂੰ ਕਹਿੰਦੇ ਹੈ, ਕਲੱਤਰ ਇਸਤਰੀ ਨੂੰ ਕਹਿੰਦੇ ਹੈ। ਸੋ ਧੰਦ ਜਿਹੜੇ ਧੰਦੇ ਅਸੀਂ ਕਰਦੇ ਹਾਂ, ਜਿਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿ ਰਹੇ ਵੀ ਧੰਦਾ ਕਰਤਿਆਂ ਨੇਹ ਵੱਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਸੋ ਇਹ ਜਿਹੜੇ ਧੰਦੇ ਨੇ ਨਾ ਸੰਸਾਰ, ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਧੰਦਿਆਂ ਨਾਲ ਨਹੀਂ ਜੋੜਿਆ। ਮਹਾਰਾਜ ਕਹਿੰਦੇ ਕਿਰਤ ਕਰੋ, ਧੰਦਿਆਂ ਵਿੱਚ ਨਹੀਂ, ਧੰਦਾ ਤਾਂ ਹੁੰਦਾ ਬੰਦਾ ਫਸ ਕੇ ਰਹਿ ਜਾਵੇ। ਧਰਮ ਦੀ ਕਿਰਤ ਕਰੋ, ਕਿਰਤ ਕਰਦਿਆਂ ਨਿਰੰਕਾਰ ਨੂੰ ਵੀ ਯਾਦ ਰੱਖੋ, ਉਹਦਾ ਚਿੰਤਨ ਵੀ ਕਰੋ, ਨਹੀਂ ਤਾਂ ਫਿਰ ਧੰਦੇ ਹੀ ਨੇ ਇਹ ਸਾਰੇ, ਧੰਧਾਲ ਹੀ ਨੇ। ਮਹਾਰਾਜ ਕਹਿੰਦੇ ਇਸ ਕਰਕੇ ਇਹ ਜਿਹੜੇ ਧੰਦੇ ਨੇ ਮਹਾਰਾਜ ਕਹਿੰਦੇ ਇਹ ਵੀ ਬੰਧਨ ਹਨ। ਬਾਕੀ ਧੰਦਾ ਕਿਹੜੇ ਨਾ ਸਾਧਿਆ, ਸਭ ਧੰਦੇ ਸਾਧੀ, ਇਹ ਜਿਹੜੇ ਸੰਸਾਰੀ ਜਿਹੜੇ ਕੰਮ ਨੇ ਇਹ ਕਦੇ ਮੁੱਕੇ ਨੇ, ਕਦੇ ਨਹੀਂ ਮੁੱਕਦੇ। ਕਿਨੇ ਨਾ ਕੀਏ ਕਾਜ ਮਾਇਆ ਪੂਰੇ, ਕਰ ਕਰ ਥਾਕੇ ਵੱਡੇ ਵਡੇਰੇ। ਵੱਡੇ ਵੱਡੇ ਚੱਲ ਕੇ ਕਰਕੇ ਤੋਂ ਥੱਕ ਕੇ ਚਲੇ ਗਏ, ਇਹ ਕਦੇ ਮੁੱਕਦੇ ਨਹੀਂ ਧੰਦੇ। ਮਹਾਰਾਜ ਕਹਿੰਦੇ ਇਹ ਧੰਦੇ ਆ ਜਿਹੜੇ ਨੇ ਇਹ ਵੀ ਬੰਧਨ ਹਨ। ਜੈ ਦੇਖਾ ਤੈ ਜੇਵਰੀ ਮਾਇਆ ਕਾ ਸੰਬੰਧ। ਮਹਾਰਾਜ ਕਹਿੰਦੇ ਜਿੱਧਰ ਵੀ ਵੇਖਦੇ ਹਾਂ, ਜੇਵਰੀ ਰੱਸੀ, ਰੱਸੀ ਨੂੰ ਕਹਿੰਦੇ ਹੈ ਮਾਇਆ ਕਾ ਸੰਬੰਧ। ਜਿੱਧਰ ਜਿੱਧਰ ਵੀ ਵੇਖਦੇ ਹਾਂ, ਕਹਿੰਦੇ ਮਾਇਆ ਨੇ ਆਪਣੀ ਰੱਸੀ ਪਾਈ ਹੈ ਸਭ ਨੂੰ। ਇਹ ਮਾਇਆ ਮਮਤਾ ਮੋਹਣੀ, ਜਿਣ ਬਿਣ ਦੰਤਾ ਜਗ ਖਾਇਆ। ਕਹਿੰਦੀ ਜਿਤਨੇ ਵੀ ਇਹ ਮਾਇਆ ਦੇ ਸੰਬੰਧ ਨੇ ਸਾਰੀ ਜੀਵਾਂ ਨੂੰ, ਇਹ ਮਾਇਆ ਨੇ ਆਪਣੀ ਅਗਿਆਨਤਾ ਦੇ ਰੱਸਾ ਪਾਇਆ ਹੋਇਆ, ਸਭ ਨੂੰ ਬੰਨੇ ਹੋਏ ਨੇ ਜੀਵ। ਇਸ ਕਰਕੇ ਇਹ ਮਾਇਆ ਤੋਂ ਛੁਟਕਾਰਾ ਕੇਵਲ ਪੂਰਾ ਗੁਰੂ ਹੀ ਕਰਵਾ ਸਕਦਾ। ਜੈਸਾ ਕਿ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਉਚਾਰਨ ਕਰੇ ਹੈ, ਉਹਦੇ ਵਿੱਚ ਇਹੀ ਭਾਵ ਹੈ ਵੀ ਇਹ ਮਾਇਆ ਤੋਂ ਬਚਣ ਵਾਸਤੇ ਇੱਕੋ ਹੀ ਤਰੀਕਾ ਹੈ ਕਿ ਪੂਰੇ ਗੁਰੂ ਦੀ ਸੰਗਤ ਕਰੋ, ਗੁਰਬਾਣੀ ਪੜ੍ਹੋ, ਗੁਰਬਾਣੀ ਵਿਚਾਰੋ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ ਜਨਮ ਭਇਓ। ਸੁਖਦੇਵ ਰਿਸ਼ੀ ਹੋਏ ਹੈ, ਗੁਰਬਾਣੀ ਵਿੱਚ ਉਹਦਾ ਹਵਾਲਾ ਕਈ ਵਾਰ ਆਉਂਦਾ ਹੈ। ਜੂਠਨ ਜੋਠ ਪਈ ਸਿਰ ਉੱਪਰ, ਕਿਨ ਤਿਲ ਨਾ ਮਨੋਂ ਡਲਾਵੇ ਗੋ। ਇਹ ਵਿਆਸ ਦਾ ਸਾਸਾਂ ਜੀ ਪੁੱਤਰ ਹੋਇਆ ਸੁਖਦੇਵ ਰਿਸ਼ੀ, ਤੇ ਉਹਦਾ ਹਵਾਲਾ ਗੁਰਬਾਣੀ ਵਿੱਚ ਆਇਆ। ਇਸ ਕਰਕੇ ਕਹਿੰਦੇ ਸੁਖਦੇਵ ਰਿਸ਼ੀ, ਭਾਈ ਗੁਰਦਾਸ ਜੀ ਕਹਿੰਦੇ 12 ਵਰਸ ਮਾਂ ਗਰਭ ਵਿੱਚ ਜੰਮਦੇ ਹੀ ਸੁਖ ਲਈ ਉਦਾਸੀ। ਕਹਿੰਦੇ ਜਨਮ ਨਹੀਂ ਸੀ ਲੈ ਰਹੇ ਤੇ ਆਵਾਜ਼ ਆਈ ਪਰਮਾਤਮਾ ਵੱਲੋਂ ਵੀ ਸੁਖਦੇਵ ਰਿਸ਼ੀ ਮਰਿਆਦਾ ਭੰਗ ਹੁੰਦੀ ਹੈ, ਤੂੰ ਜਨਮ ਧਾਰ ਕਰ, ਜਨਮ ਲੈ ਲਿਆ। ਕਹਿੰਦਾ ਨਹੀਂ। ਕਹਿੰਦੇ ਕਿਉਂ? ਕਹਿੰਦਾ ਮੈਨੂੰ ਮੇਰੇ ਸੈਂਕੜੇ ਜਨਮਾਂ ਦਾ ਪਿੱਛੇ ਯਾਦ ਚੇਤਾ ਆ ਰਹੇ, ਮੈਂ ਬੜੇ ਦੁੱਖ ਭੋਗੇ ਨੇ, ਵੀ ਮੈਨੂੰ ਹੁਣ ਲਿਵ ਲੱਗੀ ਹੋਈ ਹੈ, ਇਸ ਕਰਕੇ ਮੈਂ ਬਾਹਰ ਆਵਾਂਗਾ। ਜਿਹੜੀ ਤੇਰੀ ਮਾਇਆ ਹੈ ਨਾ, ਇਹ ਮਾਇਆ ਨੇ ਮੈਨੂੰ ਤੇਰੀ ਯਾਦ ਭੁਲਾ ਦੇਣੀ ਹੈ। ਮੇਰੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਬਤਾ। ਉਹ ਸੁਖਦੇਵ ਜੀ ਕਹਿੰਦੇ ਮੈਂ ਜਨਮ ਤਾਂ ਨਹੀਂ ਲੈ ਰਿਹਾ ਕਿ ਜਦੋਂ ਮੇਰਾ ਜਨਮ ਹੋਇਆ ਨਾ ਤੇ ਮੇਰੇ ਤੇ ਮਾਇਆ ਦਾ ਅਸਰ ਪੈ ਜਾਣਾ ਤੇ ਮੈਨੂੰ ਤੇਰੀ ਯਾਦ ਭੁੱਲ ਜਾਣੀ ਹੈ। ਪਰ ਕਹਿੰਦੇ ਨਹੀਂ, ਜਨਮ ਤਾਂ ਲੈਣਾ ਪੈਣਾ। ਉਹ ਕਹਿੰਦੇ ਫਿਰ ਇੱਕੋ ਹੀ ਸ਼ਰਤ ਹੈ ਵੀ ਜਦੋਂ ਮੇਰਾ ਜਨਮ ਹੋਵੇ
ਵੀ ਉਸ ਵੇਲੇ ਤੂੰ ਪਰਮਾਤਮਾ ਆਪਣੀ ਮਾਇਆ ਨੂੰ ਸੰਕੋਚ ਲਵੀ ਵੀ ਮੇਰੇ ਤੇ ਮਾਇਆ ਦਾ ਪ੍ਰਭਾਵ ਨਾ ਪਵੇ। ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਆ, ਜੈ ਕੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ ਜਨਮ ਭਇਓ ਤੇ ਸਕਲ ਸਿੱਧ ਜਾਣੀ ਹੈ। ਐਸਾ ਹੀ ਹੋਇਆ, ਕਹਿੰਦੇ ਪਰਮਾਤਮਾ ਆਪਣੀ ਮਾਇਆ ਨੂੰ ਸੰਕੋਚ ਰਿਹਾ, ਕਹਿੰਦੇ ਉਸ ਵੇਲੇ ਜਿਹੜੇ ਬੱਚਿਆਂ ਨੇ ਜਨਮ ਲਿਆ ਨਾ ਉਹ 84 ਸਿੱਧ ਹੋਏ ਤੇ 9 ਨਾਥ ਹੋਏ। ਇਹ ਪ੍ਰਮਾਣ ਭਾਈ ਸਾਹਿਬ ਦੇ ਰਹੇ ਮਾਇਆ ਦੀ ਪ੍ਰਥਾ, ਇਹ ਜਿਹੜੀ ਮਾਇਆ ਦੀ ਜੀਵਰੀ ਪਈ ਹੈ ਸਾਨੂੰ ਰੱਸਾ ਪਿਆ ਹੋਇਆ। ਫਿਰ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਜੈਸੇ ਤੇ ਸਮੁੰਦਰ ਵੇਖੇ ਤੇ ਸਮੁੰਦਰ ਵਿੱਚ ਨਾ ਕਹਿੰਦੇ ਜੈਸੇ ਸਵਾਂਤੀ ਬੂੰਦ ਪਰਤ ਹੈ ਸਮੁੰਦਰ ਵੇਖੇ ਸੀਪਕੇ ਸੰਯੋਗ ਮੁਕਤਾ ਹਲ ਬਖਾਨੀ ਹੈ। ਸ਼ਾਂਤਾ ਨਛੱਤਰ ਦੇ ਸਮੇਂ ਜਦੋਂ ਨਾ ਬੂੰਦਾਂ ਪੈਂਦੀਆਂ ਨੇ ਅਸਮਾਨ ਵਿੱਚੋਂ, ਉੱਥੇ ਸਿੱਪੀ ਵਿੱਚ ਨਾ ਕਿਤੇ ਉਹ ਜਿਹੜੀ ਹੈ ਉਹ ਬੂੰਦ ਪੈ ਜਾਵੇ ਨਾ, ਸੀਪ ਕੇ ਸੰਯੋਗ ਮੁਕਤਾ ਲਿਖਾਨੀ ਹੈ, ਉਹ ਸਿੱਪੀ ਵਿੱਚ ਮੋਤੀ ਪੈਦਾ ਹੋ ਜਾਂਦਾ ਹੈ, ਬੜਾ ਗੁਣੀਕਾਰੀ ਹੈ ਇਹ ਪ੍ਰਮਾਣ। ਇਸੇ ਤਰ੍ਹਾਂ ਕਹਿੰਦੇ ਜੈਸੇ ਕਹਿੰਦੇ ਵਾਵਨ ਸੰਬੰਧ ਸਰਬੰਧ ਪਾਉਣ ਗਾਉਣ ਕਰੇ, ਜਿਹੜਾ ਵਾਵਨ ਚੰਦਨ ਹੈ ਨਾ 52 ਗੁਣਾਂ ਦਾ ਮੰਨਿਆ ਇਹਨੂੰ, ਬੜੀ ਇਹਦੀ ਸੁਗੰਧੀ ਪਿਆਰੀ ਹੈ, ਦਵਾਈਆਂ 'ਚ ਵੀ ਪੈਂਦਾ ਹੈ। ਕਹਿੰਦੇ ਵਾਵਨ ਸੁਗੰਧ ਸਭਾ ਸਰਬੰਧ ਗਾਉਣ ਪਾਉਣ ਕਰੇ, ਕਹਿੰਦੇ ਜਿੱਧਰ ਜਿੱਧਰ ਲਾਗੇ ਜਾਹੀ ਜਾਹੀ ਦੁਰਮ ਚੰਦਨ ਸਮਾਰੀ ਹੈ, ਵੀ ਜਿੱਧਰ ਜਿੱਧਰ ਉਹ ਹਵਾ ਦੇ ਸੰਬੰਧ ਕਰਕੇ ਉਹ ਵਾਵਨ ਚੰਨ ਦੀ ਸੁਗੰਧੀ ਜਾਂਦੀ ਹੈ ਨਾ, ਕਹਿੰਦੇ ਉਧਰੇ ਉਧਰੇ ਜਿਹੜੇ ਬੂਟੇ ਨੇ ਉਹ ਵੀ ਚੰਦਨ ਦੇ ਰੂਪ ਹੋ ਜਾਂਦੇ ਆ ਇੱਕ ਬਾਂਸ ਨੂੰ ਛੱਡ ਕੇ, ਇਹ ਪ੍ਰਮਾਣ ਹੈ। ਕਹਿੰਦੇ ਤੈਸੇ ਗੁਰਸਿੱਖ ਸਾਧ ਸੰਗ ਜਾਗਤ, ਕਹਿੰਦੇ ਇਸੇ ਤਰ੍ਹਾਂ ਭਾਈ ਜਿਹੜੇ ਗੁਰਸਿੱਖ ਨਾ ਪੂਰੇ ਗੁਰੂ ਦੀ ਸੰਗਤ ਕਰਦੇ ਹੈ, ਗੁਰਬਾਣੀ ਨੂੰ ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ, ਮੰਨਦੇ ਹਨ, ਕਹਿੰਦੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ, ਕਹਿੰਦੇ ਭਾਈ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ, ਤੇ ਇੱਥੇ ਗੁਰਸਿੱਖ ਸਾਧ ਸੰਗ ਅੰਮ੍ਰਿਤ ਜੋਗ ਗੁਰ ਪ੍ਰਸਾਦ, ਕਹਿੰਦੇ ਅੰਮ੍ਰਿਤ ਅਧਿਕਾਰ, ਕਹਿੰਦੇ ਉਹਨਾਂ ਨੂੰ ਅੰਮ੍ਰਿਤ ਨਾਮ ਪਰਮੇਸ਼ਰ ਦਾ ਪ੍ਰਾਪਤ ਹੁੰਦਾ ਹੈ। ਇਹ ਤਾਂ ਇੱਕ ਵਾਰੀ ਹਵਾਲਾ ਹੈ ਵੀ ਸੁਖਦੇਵ ਰਿਸ਼ੀ ਦੇ ਜਨਮ ਵੇਲੇ ਪਰਮਾਤਮਾ ਨੇ ਮਾਇਆ ਦਾ ਪ੍ਰਭਾਵ ਹਟਾ ਲਿਆ, ਜਿਹੜੀ ਸ਼ਾਂਤੀ ਬੂੰਦ ਹੈ ਇਹ ਵੀ ਸ਼ਾਂਤਾ ਨਛੱਤਰ ਵੇਲੇ ਕਿਤੇ ਕਿਤੇ ਇਹਦੀ ਇਹ ਵਰਤਾਰਾ ਵਰਤਦਾ, ਜਿਹੜਾ ਵਾਵਨ ਚੰਦਨ ਹੈ ਇਹ ਵੀ ਕਹਿੰਦੇ ਚੇਤ ਦੇ ਮਹੀਨੇ ਸੰਬੰਧੀ, ਬਾਕੀ ਸਾਰਾ ਸਾਲ ਨਹੀਂ, ਪਰ ਕਹਿੰਦੇ ਜਿਹੜੀ ਇਹ ਗੁਰਬਾਣੀ ਹੈ ਗੁਰੂ ਦੀ ਸੰਗਤ ਹੈ ਇਹ ਤਾਂ ਨਿੱਤੀ ਹੀ ਵਰਤਾਰਾ ਵਰਤ ਰਹੇ। ਸੋ ਇਸ ਲਈ ਜਿਹਨੇ ਕਹਿੰਦੇ ਮਾਇਆ ਦੇ ਬੰਧਨਾਂ ਤੋਂ ਰਹਿਤ ਹੋਣਾ ਤੇ ਮਹਾਰਾਜ ਕਹਿੰਦੇ ਭਾਈ ਉਹ ਗੁਰਬਾਣੀ ਦੇ ਨਾਲ ਜੁੜ ਜਾਵੇ, ਪੂਰੇ ਗੁਰੂ ਨਾਲ ਜੁੜ ਜਾਵੇ। ਸੋ ਇਸ ਕਰਕੇ ਸ਼ਬਦ ਪ੍ਰਸਾਦ ਮੋਖ ਪਦ ਪ੍ਰਵਾਨੀ ਹੈ, ਕਹਿੰਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਸ਼ਾਦ ਕਿਰਪਾ ਦੇ ਪਾਤਰ ਹੋ ਕਰਕੇ ਮੋਖ ਹੁੰਦਾ ਬੰਧਨਾਂ ਤੋਂ ਰਹਿਤ ਹੋ ਜਾਣ, ਕਹਿੰਦੇ ਗੁਰਬਾਣੀ ਉਹ ਸਾਡੇ ਬੰਧਨ ਤੋੜੇਗੀ। ਇਸ ਕਰਕੇ ਨਹੀਂ ਤਾਂ ਜੈ ਦੇਖਾ ਤਹਿ ਜੇਵਰੀ ਮਾਇਆ ਕਾ ਸਮਾਂ, ਨਹੀਂ ਤਾਂ ਇਹ ਮਾਇਆ ਨੇ ਆਪਣਾ ਜਾਲ ਵਸਾਇਆ ਹੋਇਆ, ਇਹਨੇ ਬੰਧਨ ਪਾਏ। ਨਾਨਕ ਸੱਚੇ ਨਾਮ ਬਿਨ ਬਰਤਨ ਵਰਤੇ ਅੰਧ, ਮਹਾਰਾਜ ਕਹਿੰਦੇ ਸੱਚੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਰਤਨ ਵਰਤੇ ਅੰਧ, ਕਹਿੰਦੇ ਸਾਰਾ ਸੰਸਾਰ ਹੀ ਅੰਧਤਾਈ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਅੰਧਤਾਈਆਂ ਦੇ ਵਿੱਚ ਹੀ ਦਿਨ ਰਾਤ ਇਹ ਜੀਵ ਜਿਹੜੇ ਨੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਬਤੀਤ ਕਰ ਰਹੇ ਹਨ। ਮਹੱਲਾ ਚੌਥਾ, ਇਹ ਜਿਹੜਾ ਪਹਿਲਾ ਸ਼ਬਦ ਹੈ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ, ਜਿਹੜਾ ਦੂਸਰਾ ਸ਼ਬਦ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਨੇ। ਸਿੱਖਾਂ ਨੇ ਪੁੱਛਿਆ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਤੁਸੀਂ ਆਪ ਹੀ ਤੀਸਰੇ ਜਾਮੇ ਵਿੱਚ ਕਿਹਾ ਵੀ ਜਿਹੜਾ ਦੁਨਿਆਵੀ ਜਿਹੜਾ ਵਰਤਾਰਾ ਹੈ ਬਿਨਾਂ ਨਾਮ ਤੋਂ ਇਹ ਸਾਰਾ ਅੰਧਤਾਈ ਦੇ ਵਿੱਚ ਹੈ, ਅੰਧਕਾਰ ਵਿੱਚ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜਾ ਇਹ ਅਗਿਆਨ ਦਾ ਅੰਧਕਾਰ ਹੈ ਕਿਵੇਂ ਦੂਰ ਹੋਵੇ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਅੰਧੇ ਚਾਨਣ ਤਾਂ ਥੀ ਹੈ ਜਾਂ ਸਤਿਗੁਰ ਮਿਲੇ ਰਜਾਏ, ਕਹਿੰਦੇ ਭਾਈ ਸਾਡੇ ਜੋ ਅਸੀਂ ਜੀਵ ਹਾਂ ਨਾ ਅੰਧੇ, ਅਸੀਂ ਅੰਧੇ ਹੋ ਰਹੇ ਹਾਂ, ਅੰਧੇ ਇਹ ਨਾ ਆਖੀਏ ਜਿਨ ਮੁਖ ਲੈਣ ਨਾ ਹੈ, ਅੰਧੇ ਸੇ ਨਾ ਜੇ ਖਸਮ ਕੁੱਥੇ ਜਾਏ। ਮਹਾਰਾਜ ਅਸੀਂ ਅਗਿਆਨ ਵਿੱਚ, ਸਾਡੇ ਕੋਲ ਗਿਆਨ ਰੂਪੇ ਨੇਤਰ ਨਹੀਂ ਹਨ, ਚਾਨਣ ਤਾਂ ਥੀਏ ਥੀਏ ਕਿ ਹੋਵੇਗਾ ਜਾਂ ਸਤਿਗੁਰ ਮਿਲਿਆ ਰਜਾਏ, ਜੇ ਕਹਿੰਦੇ ਸਤਿਗੁਰ ਰਜਾ ਮੰਨ ਲਈਏ, ਉਹਦਾ ਭਾਣਾ ਮੰਨ ਲਈਏ, ਭਾਣਾ ਮੰਨ ਕੇ ਹੀ ਕਹਿੰਦੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਇਹ ਗਿਆਨ ਦਾ ਚਾਨਣਾ ਹੋਣਾ। ਪੋਥੀ ਪ੍ਰਾਣ ਕਮਾਈ ਹੈ ਪੌ ਵੱਟੀ ਤੇ ਤਨ ਪਾਈ ਹੈ,
ਸਚ ਬੂਝਣੇ ਆਣ ਜਲਾਈ ਹੈ ਇਹ ਤੇਲ ਦੀਵਾ ਓਂ ਵਲੈ ਕਰ ਚਾਨਣ ਸਾਹਿਬ ਤੋ ਮਿਲੈ ਕਹਿੰਦੀ ਹਿਰਦੇ ਰੂਪੀ ਸਾਡੇ ਦੀਵੇ ਦੇ ਵਿੱਚ ਸ਼ਰਧਾ ਦਾ ਤੇਲ ਪ੍ਰੇਮ ਦੀ ਵੱਟੀ ਹੋਵੇ ਕਹਿੰਦੀ ਫਿਰ ਗੁਰੂ ਦਾ ਜੋ ਹੁਕਮ ਹੈ ਉਹਨੂੰ ਭਾਣਾ ਮੰਨੇ ਉਹਦਾ ਭਾਵ ਜੋ ਸਾਡੇ ਨਾਲ ਜੀਵ ਨੂੰ ਜੋ ਵੀ ਹੋ ਰਿਹਾ ਜਾਂ ਦੁੱਖ ਹੈ ਜੋ ਸੁੱਖ ਹੈ ਦੁੱਖ ਸੁੱਖ ਰਵ ਦੇਵ ਨਹਾਰ ਅਵਰ ਤਿਆ ਤੂੰ ਤਿਸਹਿ ਚਤਾਰ ਇਹ ਭਾਣਾ ਬੜਾ ਔਖਾ ਮੰਨੇ ਪਰ ਕਹਿੰਦੇ ਭਾਣੇ ਜੇਬਟ ਦਾਤ ਨਾ ਕੋਈ ਪਰ ਭਾਣਾ ਕਿਸੇ ਮਨਾ ਕਹਿੰਦੇ ਜਦੋਂ ਉਹਦੀ ਰਜਾ ਵਿੱਚ ਆ ਜਾਵਾਂਗੇ ਨਾ ਕਹਿੰਦੇ ਫਿਰ ਇਹ ਗਿਆਨ ਦਾ ਚਾਨਣਾ ਹੋਏਗਾ ਫਿਰ ਬੰਧਨ ਤੋੜੈ ਸੱਚ ਵਸਿਆ ਗਿਆਨ ਅਧੇਰਾ ਜਾਏ ਜਦੋਂ ਕੋਈ ਗੁਰਸਿੱਖ ਕੋਈ ਰੱਬ ਦਾ ਪਿਆਰਾ ਕਹਿੰਦੇ ਉਹਦੀ ਰਜਾ ਵਿੱਚ ਆ ਜਾਂਦਾ ਫਿਰ ਉਹ ਬੰਧਨ ਤੋੜ ਦਿੰਦਾ ਹੈ ਵਾਹਿਗੁਰੂ ਬਸ ਇਹੀ ਸਮਝਣ ਵਾਲੀ ਗੱਲ ਹੈ ਅਸੀਂ ਭਾਣਾ ਨਹੀਂ ਮੰਨਦੇ ਅਸੀਂ ਬੰਧਨਾਂ ਵਿੱਚ ਪਏ ਹੋਏ ਹਾਂ ਜਿਹੜੀ ਉਹਦਾ ਭਾਣਾ ਮੰਨ ਲੈਂਦੀ ਹੈ ਕਿ ਉਹ ਬੰਧਨ ਤੋੜੈ ਫਿਰ ਸੱਚ ਵਸੈ ਸੱਚ ਤਾਂ ਪਰ ਜਾਣੀ ਹੈ ਜੇ ਹਿਰਦੇ ਸੱਚਾ ਹੋਏ ਕਹਿੰਦੀ ਫਿਰ ਉਹ ਹਿਰਦੇ ਵਿੱਚ ਸੱਚ ਵੱਸ ਜਾਂਦਾ ਉਹ ਸੱਚੇ ਵਾਹਿਗੁਰੂ ਦੇ ਨਾਲ ਸੁਰਤ ਕਰਕੇ ਜੁੜ ਜਾਏ ਅਗਿਆਨ ਅਧੇਰਾ ਜਾਏ ਹਿਰਦੇ ਵਿੱਚੋਂ ਜੋ ਅਗਿਆਨ ਦਾ ਅੰਧਕਾਰ ਹੈ ਉਹ ਚਲਾ ਜਾਂਦਾ ਸਭ ਕੁਛ ਦੇਖਿਆ ਤਿਸੈ ਕਾ ਜਿਨ ਕੀਆ ਤਨ ਸਾਜ ਫਿਰ ਸਾਰੇ ਪਾਸੇ ਕਹਿੰਦੇ ਇੱਕੋ ਹੀ ਨਜ਼ਰ ਆਉਂਦਾ ਹੈ ਜਿਨ ਕੀਆ ਤਨ ਸਾਜ ਇਹਨੇ ਤਨ ਨੂੰ ਸਾਜਿਆ ਕਿਵੇਂ ਗੁਰੇ ਦਿਖਾਇਓ ਲੋਏ ਨਾ ਗੁਰੂ ਨੇ ਨੇਤਰ ਦਿੱਤੇ ਨੇ ਇੱਤ ਹੈ ਉਤ ਹੈ ਘੱਟ 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 ਤੂੰ ਹੀ ਸੋਏ ਨਾ ਭਗਤ ਕਬੀਰ ਜੀ ਇੱਕ ਜਗ੍ਹਾ ਕਹਿੰਦੇ ਹੈ ਕਬੀਰ ਕਹਿੰਦੇ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ ਸਰਬਜ ਖੇਲੋ ਪੀਸੋ ਕਿਸੋ ਲਿਖਾਵੋ ਨਾ ਕਹਿੰਦੇ ਕਬੀਰ ਜੀ ਕਹਿੰਦੇ ਮੈਂ ਨੇਤਰ ਨੀਵੇਂ ਕਰ ਲਏ ਕਿਸੇ ਵੱਲ ਵੇਖਣ ਦੱਸਣੇ ਨੀ ਕਿਸੇ ਨੂੰ ਵੀ ਮੈਂ ਪਰਮਾਤਮਾ ਦੇ ਨਾਮ ਦਾ ਰਸ ਲੈ ਰਿਹਾ ਪਰ ਨਾਲ ਹੀ ਕਹਿੰਦੇ ਨਹੀਂ ਕਬੀਰ ਕਹਿੰਦੇ ਆਠ ਪਹਿਰ ਚੌਸਟ ਕਰੀ ਤੋ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੋ ਸਭ ਘੱਟ ਵੇਖੋ ਪੀਓ ਕਹਿੰਦੇ ਮੈਂ ਨੀਤਰ ਕਿਵੇਂ ਨੋ ਕਿਉਂ ਨੀਵੇਂ ਕਰਾਂ ਮੈਨੂੰ ਸਾਰੇ ਤੂੰ ਹੀ ਨਜ਼ਰ ਆ ਰਿਹਾ ਗੁਰੇ ਦਿਖਾਇਓ ਲੋਨਾ ਇਤ ਹੈ ਊਤ ਹੈ ਘੱਟ 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 ਤੂੰ ਹੀ ਸੁਣ ਕਿ ਵੀ ਸਾਰੇ ਕਹਿੰਦੇ ਸਭ ਕੁਛ ਦੇਖਿਆ ਕਿਸੇ ਕਾ ਜਿਨ ਕੀਆ ਤਨ ਸਾਜ ਸਾਰੇ ਇੱਕੋ ਹੀ ਨਜ਼ਰ ਆਉਂਦਾ ਹੈ ਨਾਨਕ ਸਰਨ ਕਰਤਾਰ ਕੀ ਕਰਤਾ ਰੱਖੇ ਲਾਜਮਰ ਕਹਿੰਦੀ ਜੋ ਕਰਤਾ ਜਿਹਦੇ ਹੱਥ ਜੀਵਾਂ ਦੇ ਡੋਰੀ ਫੜੀ ਹੋਈ ਹੈ ਨਾ ਪਰ ਉਹ ਡੋਰੀ ਹੱਥ ਮਾਰ ਉਹਨੂੰ ਕਰਤਾਰ ਕਹਿੰਦੇ ਕਰ ਹੱਥ ਵਿੱਚ ਤਾਰ ਕੀ ਡੋਰੀ ਹੈ ਉਹੀ ਸਰਨ ਵਿੱਚ ਆਇਆ ਕਰਤਾ ਰੱਖੇ ਇਲਾਜ ਫਿਰ ਉਹ ਕਰਨ ਵਾਲਾ ਆਪ ਇਲਾਜ ਰੱਖਦਾ ਜਿਸ ਪਾਪੀ ਕੋ ਮੇਰੇ ਨਾਲ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਕਹਿੰਦੀ ਜਦੋਂ ਸ਼ਰਨ ਵਿੱਚ ਆ ਗਿਆ ਉਹ ਫਿਰ ਇਲਾਜ ਰੱਖਦਾ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ ਪੌੜੀ ਜਦੋਂ ਆਪੇ ਥਾਟ ਕੀ ਹੈ ਵਹਿ ਕਰਤੇ ਤਦੋਂ ਪੁੱਛਣਾ ਸੇਵਕ ਵੀ ਆ ਜਦੋਂ ਪਰਮਾਤਮਾ ਨੇ ਥਾਟ ਇਹ ਸੜਾਵ ਨੇ ਬਣਾਉਣਾ ਬਣਾਵਟ ਜਦੋਂ ਸੰਸਾਰ ਸਾਜਿਆ ਨਾ ਉਹਨੇ ਵਹਿ ਕਰਤੇ ਤਦੋਂ ਪੁੱਛਣਾ ਸੇਵਕ ਵੀ ਆ ਵੀ ਅੱਗੇ ਦੂਸਰਾ ਉਹ ਦੂਜਾ ਅੱਗੇ ਥੋੜਾ ਪੁੱਛਿਆ ਕਿਸੇ ਨੂੰ ਪੁੱਛਣਾ ਸਾਜੇ ਪੁੱਛਣਾ ਢਾਹੇ ਉਹ ਨਾ ਕਿ ਪੁੱਛ ਕੇ ਬਣਾਉਂਦਾ ਨਾ ਢਾਉਂਦਾ ਜੇ ਕਿਤੇ ਪੁੱਛਣ ਲੱਗ ਜਾਵੇ ਫਿਰ ਤਾਂ ਕੰਮ ਚੱਲ ਗਿਆ ਸਰ ਉਹਦਾ ਵਾਹਿਗੁਰੂ ਬਸ਼ਰ ਦਾ ਸੌ ਪਰਸੈਂਟ ਕੋਈ ਸ਼ੁਭ ਕਰਮ ਕਰੇ ਸੌ ਪਰਸੈਂਟ ਇੱਕ ਸੌ ਇੱਕ ਕਹਿ ਲਓ ਉਹਨੂੰ ਵੀ ਲੋਕ ਨਹੀਂ ਕਰਨ ਦਿੰਦੇ ਕਹਿੰਦੇ ਨਹੀਂ ਤਾਂ ਠੀਕ ਨਹੀਂ ਹੈਗਾ ਇਸੇ ਕਰਕੇ ਕਹਿੰਦੇ ਪਰਮਾਤਮਾ ਕਿਤੇ ਪੁੱਛਦੇ ਹੀ ਨਹੀਂ ਕਿਸੇ ਨੂੰ ਪੁੱਛਣਾ ਸੇਵਕ ਵੀ ਆ ਉਹ ਪੁੱਛਦੇ ਨਹੀਂ ਜੋ ਕੁਛ ਆਪੇ ਹੀ ਆਪੇ ਕਰਦੇ ਜੋ ਕੁਛ ਕਰਨਾ ਸੋ ਕਰ ਰਿਹਾ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਆਵਰਨਾ ਦੂਜਾ ਕੀ ਆ ਕਹਿੰਦੇ ਉਦੋਂ ਜਦੋਂ ਪਰਮਾਤਮਾ ਨੇ ਸੰਸਾਰ ਨਹੀਂ ਸਾਜਿਆ ਸੀ ਉਦੋਂ ਕੌਣ ਲੈਂਦਾ ਸੀ ਕੌਣ ਦਿੰਦਾ ਸੀ ਦੂਜਾ ਹੈ ਹੀ ਨਹੀਂ ਸੀ ਕੋਈ ਫਿਰ ਆਪੇ ਜਗਤ ਨੂੰ ਪਾਇਆ ਕਰਤਾ ਦਾਨ ਸਭ ਨਾ ਕੋ ਦੀਆ ਫਿਰ ਆਪੇ ਉਹਨੇ ਸੰਸਾਰ ਨੂੰ ਪਾਇਆ ਪੈਦਾ ਕੀਤਾ ਕਰਤੇ ਨੇ ਦਾਨ ਸਭ ਨਾ ਕੋ ਦੀਆ ਉਹਨੇ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ ਸਾਨੂੰ ਤੇ ਰੋਜੀ ਦਿੱਤੀ ਹੈ ਸਿਰ ਰਿਜਕ ਸਮਾਹੇ ਠਾਕੁਰ ਅਥਵਾ ਤੇ ਬਰਮਾ ਨੂੰ ਦਿੱਤਾ ਦਾਨ ਉਹ ਸੰਸਾਰ ਸਾਜ ਰਿਹਾ ਸੰਸਾਰੀ ਭੰਡਾਰੀ ਕਲਾਏ ਦੀ ਵਾਣ ਸ਼ਿਵਜੀ ਨੂੰ ਲੈਤਾ ਦਾ ਤੇ ਵਿਸ਼ਨੂੰ ਨੂੰ ਪਾਲਣਾ ਦਾ ਇਹ ਸਭ ਨੂੰ ਦਾਨ ਦਿੱਤਾ ਵਾਹਿਗੁਰੂ ਪਰਮੇਸ਼ਰ ਨੇ ਆਪੇ ਸੇਵ ਬਣਾਈਏ ਨਾ ਗੁਰਮੁਖ ਆਪੇ ਅੰਮ੍ਰਿਤ ਵੀ ਆ ਆਪੇ ਹੀ ਮੁਖੀ ਗੁਰੂ ਦੁਆਰਾ ਕਹਿੰਦੇ ਸੇਵ ਬਣਾਏ ਨੇ ਭਗਤੀ ਰੂਪੀ ਕਹਿੰਦੇ ਕਾਰਜ ਦੇਖ ਉਹਨੂੰ ਕਿਰਤ ਲਾ ਕਰਕੇ ਸੇਵਕ ਬਣਾ ਲੈਂਦਾ ਹੈ ਆਪੇ ਅੰਮ੍ਰਿਤ ਪੀਆ ਆਪੇ ਹੀ ਅੰਮ੍ਰਿਤ ਪਿਆਉਣ ਵਾਲਾ ਆਪੇ ਪੀਣ ਵਾਲਾ ਹੈ ਆਪ ਨਿਰੰਕਾਰ ਆਕਾਰ ਹੈ ਆਪੇ ਕਰੇ ਸੋਤੀਆ ਆਪ ਹੀ ਉਹ ਨਿਰੰਕਾਰ ਤੋਂ ਆਕਾਰ ਬਣਿਆ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਜਨ ਸਗਲੀ ਮੋਹੀ ਉਹ ਆਪੇ ਸੁਨ ਸਮਾਧੀ ਹੈ ਆਪੇ ਨਿਰੰਕਾਰ ਹੈ ਆਪੇ ਆਕਾਰ ਹੈ ਉਹ ਆਪੇ ਸਾਰੇ ਖੇਡਾਂ ਕਰ ਰਿਹਾ ਆਪੇ ਕਰੇ ਸੋਤੀਆ ਜੋ ਕਰਦਾ ਹੈ ਉਹੀ ਹੋ ਰਿਹਾ ਹੈ ਸ਼ਬਦ ਸਮਾਪਤ ਹੈ ਅਖਰੀ ਕਰਦਿਆਂ ਹੋਇਆਂ ਬੇਅੰਤ ਫੁੱਲਾਂ ਹੋ ਜਾਂਦੀਆਂ ਹਨ ਗੁਰਬਾਣੀ ਅਗਾਧ ਬੋਧ ਹੈ ਜੀ
ਪੁੰਜਾਂ ਪੁੱਲਾਂ ਦੀ ਸੇਵਾ ਕਰਨੀ ਇੱਥੇ ਹੀ ਸਮਾਪਤੀ ਹੈ। ਆਪੇ ਸੇਵ ਬਣਾਈਨ ਗੁਰਮੁਖ, ਆਪੇ ਅੰਮ੍ਰਿਤ ਪੀਆ, ਆਪ ਦਰਕਾਰ ਆਕਾਰ ਹੈ, ਆਪੇ ਆਪੇ ਕਰੇ ਸੋਥੀਆ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ, ਹੇ ਗੁਣ ਨਿਧਾਨ, ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆਲ, ਏਕ ਕਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।